बंदे दी कोई कांग्रेस पार्टी कोई अकाली पार्टी साडी पार्टी है सिर्फ श्री गुरु ग्रंथ साहिब जी महाराज असीं उन्हां दे वफादार बन के रहना है गुरु बख्शिश करे सुदास हुण बेनती करूगा कि सरदार सतनाम सिंह जी अगे आउण जो कि स्टेज दी सेवा निभा रहे हन ਉਹ ਅੱਗੇ ਆ ਕੇ ਗਿਆਨੀ ਅਨੂਪ ਸਿੰਘ ਜੀ ਨੂੰ ਗੁਰੂ ਸੰਗਤ ਦੁਆਰਾ ਤਾਂ ਗੁਰੂ ਦੇ ਹਜ਼ੂਰੀ ਵਿੱਚ ਸਨਮਾਨ ਕਰੋਗੇ ਜੋ ਸਾਡਾ ਨਿੱਜੀ ਤੌਰ ਤੇ ਦਸਵਾ ਤੌਰ ਤੇ ਫਰਜ਼ ਬਣਦਾ ਹੈ ਸੋ ਦਾਸ ਨੂੰ ਬੇਨਤੀ ਕਰੋਗੇ ਸਰਦਾਰ ਸਤਨਾਮ ਸਿੰਘ ਜੀ ਤੇ ਗਿਆਨੀ ਅਨੂਪ ਸਿੰਘ ਜੀ ਅੱਗੇ ਹੁਣ ਸਤਨਾਮ ਸਿੰਘ ਜੀ ਗਿਆਨੀ ਜੀ ਉਹਨਾਂ ਨੂੰ ਸਰੋਪਾ ਨਾਲ ਸਨਮਾਨ ਕਰੋਗੇ ਗੁਰੂ ਬਖਸ਼ਿਸ਼ ਕਰੇ ਬੋਲੇ ਸੋ ਨਿਹਾਲ ਗੁਰੂ ਬਖਸ਼ਿਸ਼ ਕਰੇ ਆਉਣ ਵਾਲੇ ਸਾਲ ਵਿੱਚ ਵੀ ਗਿਆਨੀ ਜੀ ਸਾਡੀ ਬੇਨਤੀ ਪ੍ਰਵਾਨ ਕਰਕੇ ਇੱਥੇ ਪੁੱਜੂਗੇ ਸੰਤਾਂ ਨੂੰ ਨਿਹਾਲ ਕਰੋਗੇ ਸੋ ਗੁਰੂ ਪਿਆਰਿਓ ਭਾਗਾਂ ਵਾਲਾ ਸਮਾਂ ਹੈ ਕਿ ਵੈਸੇ ਡਾਕਟਰ ਸੁਪ੍ਰੀਤ ਸਿੰਘ ਜੀ ਉਦੋਂ ਕਿ ਨਹੀਂ ਆ ਸਕੇ ਆਪ ਜੀ ਜਾਣਦੇ ਹੋਣ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਹੁੰਦੇ ਹਨ ਕਿ ਦੁਸ਼ਮਣਾਂ ਨੇ ਹਫ਼ਤਾ ਬਾਅਦ ਕੋਈ ਨਾ ਕੋਈ ਤੀਰ ਮਾਰਨਾ ਹੀ ਹੁੰਦਾ ਪੰਥ ਵੱਲ ਪਰ ਡਾਕਟਰ ਸੁਪ੍ਰੀਤ ਸਿੰਘ ਜੀ ਜੋ ਕਿ ਬੜੇ ਉਚੇਚੇ ਤੌਰ ਤੇ ਸਮੇਂ ਲਈ ਕਤਾਰੇ ਸੀ ਇੱਥੇ ਆਉਣ ਨੂੰ ਉਹਨਾਂ ਦੀਆਂ ਸੇਵਾਵਾਂ ਪੰਜਾਬ ਪ੍ਰਤੀ ਜ਼ਿਆਦੀਆਂ ਕਹਿ ਲਓ ਅਹਿਮੀਅਤ ਰੱਖਦੀ ਸੀ ਇਸ ਕਰਕੇ ਉਹ ਨਵੇਂ ਸਾਲ 'ਚ ਆਉਂਗੇ ਪਰ ਉਹਨਾਂ ਦੇ ਨਾਲ ਆਰ ਐਸ ਐਸ ਦੇ ਖਿਲਾਫ਼ ਤੇ ਨੂਰ ਮਹਿਲੀਏ ਤੇ ਗੁਰੂ ਡੰਮ ਦੇ ਖਿਲਾਫ਼ ਲੜਾਈ ਲੜਨ ਵਾਲੇ ਗੁਰਸਿੱਖ ਮਹਾਨ ਵੀਰ ਯੋਧੇ ਗਿਆਨੀ ਨਿਰਮਲਜੀਤ ਸਿੰਘ ਜੀ ਪਰਸੋਂ ਪੰਜਾਬ ਤੋਂ ਆ ਪਹੁੰਚੇ ਹਨ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਉਹਨਾਂ ਨੇ ਬਕਾਇਦਾ ਇਹ ਸੈਮੀਨਾਰ ਤਿਆਰ ਕਰਕੇ ਰੱਖਿਆ ਕਿ ਅੱਜ ਵੱਡੇ ਸਾਹਿਬਜ਼ਾਦੇ ਸੰਬੰਧ ਵਿੱਚ ਉਹ ਹੁਣ ਸੈਮੀਨਾਰ ਸਲਾਈਡ ਸ਼ੋਅ ਵਿਖਾਉਣਗੇ ਪਰਸੋਂ ਇਸੇ ਟਾਈਮ ਸੋਮਵਾਰ ਵਾਲੇ ਦਿਨ ਛੋਟੇ ਸਾਹਿਬਜ਼ਾਦੇ ਸੰਬੰਧ ਵਿੱਚ ਸਾਡਾ ਹੋਰ ਕੋਈ ਮਕਸਦ ਨਹੀਂ ਇਹ ਵੀ ਕਲੀਅਰ ਕਰ ਦਵਾਂ ਕਿ ਪਿਛਲੇ ਦਿਨੀ ਹਾਈ ਕੋਰਟ ਤੋਂ ਇਹ ਕਲੀਅਰ ਹੋਇਆ ਗਿਆ ਕਿ ਜੋ ਸਹਿਜਧਾਰੀ ਵੋਟ ਦਾ ਮਸਲਾ ਹੈ ਕਿ ਦੁਬਾਰਾ ਹੁਣ ਚੋਣਾਂ ਹੋਣ ਇਹ ਕੋਈ ਮਤ ਸਮਝੇ ਕਿ ਕਾਂਗਰਸ ਨੇ ਸਾਡਾ ਧੱਕਾ ਕੀਤਾ ਕੋਈ ਸਾਨੂੰ ਆਪਣੇ ਘਰ ਵੱਲ ਆਪਣੇ ਵਿਹੜੇ ਵੱਲ ਵੀ ਝਾਤ ਮਾਰਨੀ ਪਊਗੀ ਕਿ ਸਾਡੀਆਂ ਅਕਾਲੀਆਂ ਨੇ ਵੀ ਭਾਜਪਾ ਨਾਲ ਸਮਝੌਤਾ ਕਰਕੇ ਕੋਈ ਵਧੀਆ ਕੰਮ ਨਹੀਂ ਦਿਖਾੜੇ ਚਾਨਣ ਮਰਾੜੇ ਨਹੀਂ ਦਿਖਾੜੇ ਉਹਨਾਂ ਨੇ ਵੀ ਉਹੀ ਕੰਮ ਕੀਤਾ ਸਾਡਾ ਤਾਂ ਇਹੀ ਮਕਸਦ ਹੈ ਬੇਸ਼ੱਕ ਜਿਹੜੀ ਮਰਜ਼ੀ ਪਾਰਟੀ ਹੋਵੇ ਅਸੀਂ ਤਾਂ ਭੌਂਕ ਭੌਂਕ ਕੇ ਆਪਣੀ ਗੱਲ ਕਰਨੀ ਹੈ ਗੁਰੂ ਦੀ ਗੱਲ ਕਰਨੀ ਹੈ ਕਿਤੇ ਐਸਾ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਐਸ ਜੀ ਪੀ ਸੀ ਦਾ ਪ੍ਰਧਾਨ ਅਕਾਲ ਤਖ਼ਤ ਦਾ ਜਥੇਦਾਰ ਵੀ ਕੋਈ ਪਤਿਤ ਭਈਏ ਹੋਵੇ ਮਾਫ਼ ਕਰਨਾ ਪਰ ਜਿਹੜੇ ਸਰਦਾਰ ਵੀ ਹਨ ਉਹਨਾਂ ਨੇ ਵੀ ਆਪਣੇ ਕੋਈ ਵਧੀਆ ਕੰਮ ਕਰਕੇ ਨਹੀਂ ਦਿਖਾਏ ਅਸੀਂ ਹਰੇਕ ਸਿੱਖ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਸੁਚੇਤ ਹੋ ਕੇ ਗੁਰੂ ਬਾਣੀ ਦੀ ਗੱਲ ਕਰੇ ਗੁਰੂ ਦੀ ਗੱਲ ਕਰੇ ਸਾਡਾ ਹੋਰ ਕੋਈ ਮਕਸਦ ਨਹੀਂ ਸਿਰਫ ਇੱਕੋ ਇੱਕ ਮਕਸਦ ਜਾਂ ਬੇਸ਼ੱਕ ਜਿਹੜੀ ਮਰਜ਼ੀ ਇੱਥੇ ਲੇਬਰ ਲੱਗ ਜਾਣ ਕਿ ਏਜੰਸੀਆਂ ਨੂੰ ਪਹਿਲ ਦਿੱਤੀ ਜਾਂਦੀ ਹਨ ਮਿਸ਼ਨੀ ਪ੍ਰਚਾਰਕ ਆਉਂਦੇ ਹਨ ਤਕੜੇ ਤਕੜੇ ਪ੍ਰਚਾਰਕ ਆਉਂਦੇ ਹਨ ਜਿਹਨਾਂ ਨੂੰ ਸੰਗਤ ਨਹੀਂ ਕਈ ਵਾਰੀ ਹਜ਼ਮ ਕਰ ਸਕਦੀ ਸਾਡਾ ਹੋਰ ਕੋਈ ਨਿਸ਼ਾਨਾ ਨਹੀਂ ਕੇਵਲ ਇੱਕੋ ਨਿਸ਼ਾਨਾ ਕਿ ਹਰੇਕ ਘਰ ਵਿੱਚ ਬਾਬਾ ਜੀਤ ਸਿੰਘ ਖੇਡੇ ਹਰੇਕ ਬਾਗ ਵਿੱਚ ਬਾਬਾ ਜੁਝਾਰ ਸਿੰਘ ਖੇਡੇ ਹਰੇਕ ਅੰਮ੍ਰਿਤ ਵੇਲੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਨੰਨੇ ਨੰਨੇ ਪੈਰ ਅੰਮ੍ਰਿਤ ਵੇਲੇ ਇੱਥੇ ਆ ਕੇ ਗੁਰੂ ਦਰਬਾਰ 'ਚ ਨਕਮਸਤਕ ਹੋਣ ਸਾਡਾ ਹੋਰ ਕੋਈ ਨਿਸ਼ਾਨਾ ਨਹੀਂ ਸੋ ਆਓ ਹੁਣ ਅੱਜ ਦੀ ਲੜੀ ਸ਼ੁਰੂ ਕਰੀਏ ਗਿਆਨੀ ਨਿਰਮਲਜੀਤ ਸਿੰਘ ਉਹਨਾਂ ਪਾਸੋਂ ਗੁਰਫਤਿਹ ਪ੍ਰਵਾਨ ਕਰਨੀ ਭੁੱਲਾਂ 'ਚ ਕਦੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਸਜ ਬੈਠੇ ਗੁਰੂ ਪਿਆਰ ਵਾਲਿਓ ਇਹ ਪੂਰਾ ਹਫ਼ਤਾ ਇੱਕ ਅਹਿਸਾਸ ਦਾ ਹਫ਼ਤਾ ਹੈ ਕਿ ਅਸੀਂ ਬਾਬਾ ਅਜੀਤ ਸਿੰਘ ਜ਼ੋਰਾਵਰ ਸਿੰਘ ਦੇ ਵਾਰਿਸ ਹਾਂ ਛੋਟੇ ਭਰਾ ਹਾਂ ਅਤੇ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਡੇ ਪਿਤਾ ਨੇ ਇਸੇ ਸੋਚ ਨੂੰ ਸਾਂਝਾ ਕਰਨ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਹਾਂ ਇੱਕ ਛੋਟੀ ਜਿਹੀ ਡਾਕੂਮੈਂਟਰੀ ਹੈ ਤਾਂ ਕਿ ਅਸੀਂ ਸਾਰੇ ਕੰਸਟਰੇਟ ਹੋ ਜਾਈਏ 5-7 ਮਿੰਟ ਦੀ ਹੈ ਉਹਦੇ ਵਿੱਚ ਜੋ ਮਾਡਰਨ ਵਾਰਸ ਹੋਈਆਂ ਨੇ ਫਸਟ ਔਰ ਸੈਕਿੰਡ ਵਰਲਡ ਵਾਰ ਜੋ ਸਿੱਖਾਂ ਨੇ ਉਹਦੇ ਵਿੱਚ ਘਾਲਣਾ ਘਾਲੀ ਹੈ ਉਹਦੇ ਬਾਰੇ ਆਪ ਜੀ ਨਾਲ ਸਾਂਝ ਪਾਵਾਂਗਾ ਮੈਂ ਬੇਨਤੀ ਕਰਾਂ ਜਿੰਨੇ ਵੀ ਦੂਰ ਬੈਠੇ ਹੋ ਪਲੀਜ਼ ਉੱਠੋ ਇੱਕ ਵਾਰੀ ਅਤੇ ਨੇੜੇ ਆ ਜਾਓ ਸਾਰੇ ਭੈਣ ਭਰਾ ਪਿੱਛੇ ਵੀ ਜਿਹੜੇ ਵੀਰ ਬੈਠੇ ਹੋਏ ਨੇ ਜਿਨ੍ਹਾਂ ਦੀ ਸਰੀਰ ਜਿਹੜਾ ਅਲਾਓ ਕਰਦਾ ਕਿਰਪਾ ਕਰਕੇ ਨੇੜੇ ਨੇੜੇ ਆ ਜਾਓ ਫਤਿਹ ਇੱਕ ਵਾਰੀ ਸਾਰੇ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਨਾਨਕ ਗੁਰੂ ਦੇ ਨੈਣਾਂ ਦੇ ਨੂਰ ਸਿੱਖਾ ਸਦਾ ਲਈ ਹੈ ਦੁਨੀਆਂ ਆਬਾਦ ਤੇਰੀ ਲੱਖਾਂ ਚੜ੍ਹਦੇ ਤੂਫਾਨਾਂ ਵੱਲ ਵੇਖ ਕੇ ਤੇ ਕਦੇ ਹੋਣੀ ਨਹੀਂ ਸ਼ਾਨ ਬਰਬਾਦ ਤੇਰੀ ਲੱਖਾਂ ਪਿੰਜਰਿਆਂ ਵਿੱਚ ਤੂੰ ਬੰਦ ਹੋਇਓ ਰਹੀ ਫੇਰ ਵੀ ਰੂਹ ਆਜ਼ਾਦ ਤੇਰੀ ਜ਼ੋਰਾਵਰ ਫਤਿਹ ਦੇ ਸਿਰਾਂ ਉੱਤੇ ਰੱਖੀ ਦੁਲਿਆ ਗਈ ਬੁਨਿਆਦ ਤੇਰੀ ਲਾਲੀ ਤੈਨੂੰ ਅਜੀਤ ਦੇ ਖੂਨ ਦੀ ਏ ਫਿੱਕੀ ਕਿਸ ਤਰ੍ਹਾਂ ਪਵੇਗੀ ਆਪ ਤੇਰੀ ਕਲਗੀ ਧਰ ਦੀ ਅੱਖ ਦਾ ਨੂਰ ਤੂੰ ਹੈ ਸੂਰਜ ਚੱਲ ਨਹੀਂ ਸਕਦਾ ਤਾਪ ਤੇ ਬੋਲੇ ਸੋ ਨਿਹਾਲ ਉਸ ਸ਼ਾਹੇ ਸ਼ਾਹਨਸ਼ਾਹ ਜਗਤ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਰਜੇ ਹੋਏ ਇਤਿਹਾਸ ਤੇ ਮਾਣ ਕਰਨ ਵਾਲਿਓ ਅੱਜ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਦੇ ਉਦੇਸ਼ ਨੂੰ ਲੈ ਕੇ ਗੁਰੂ ਬਾਬਾ ਜੀ ਦੀ ਗੋਦ ਵਿੱਚ ਬੈਠੇ ਹੋ ਕਰੋ ਬਿਰਤੀਆਂ ਇਕਾਗਰ ਆਓ ਸਫ਼ਰ ਕਰੀਏ ਉਸ ਚਮਕੌਰ ਦੀ ਗੜੀ ਦਾ ਜਿਹਨੂੰ ਅੱਜ ਸਿੱਖ ਭੁੱਲ ਕੇ ਤੇ ਕ੍ਰਿਸਮਿਸ ਮਨਾ ਰਿਹਾ ਉਸ ਵਿਰਸੇ ਨੂੰ ਯਾਦ ਕਰੀਏ ਜਿਸ ਆਸ ਨੂੰ ਲੈ ਕੇ ਕਲਗੀਆਂ ਵਾਲੇ ਨੇ ਸਰਬੰਸ ਵਾਰ ਕੇ ਕਿਹਾ ਸੀ ਕੋਈ ਗੱਲ ਨਹੀਂ ਇਹ ਜਿੰਨੇ ਨੇ ਮੇਰੇ ਅਜੀਤ ਤੇ ਜੁਜਾਰ ਨੇ ਅੱਜ ਉਸ ਸੋਚ ਨੂੰ ਲੈ ਕੇ ਤੁਰਨ ਵਾਲਿਓ ਆਓ ਗੁਰਕਲਗੀ ਧਰ ਪਿਤਾ ਨੂੰ ਸਮਰਪਿਤ ਹੋ ਕੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਸ ਪੰਥ ਦੀ ਨੀਂਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚ ਤੇ ਰੱਖੀ ਤੇ ਸੱਚ ਦਾ ਅਧਿਕਾਰ ਸਾਰੀ ਮਨੁੱਖਤਾ ਨੂੰ ਸਤਿਗੁਰੂ ਮਹਾਰਾਜ ਨੇ ਦਿੱਤਾ ਸੱਚ ਕਿਸੇ ਦਾ ਗੁਲਾਮ ਨਹੀਂ ਸੱਚ ਕਿਸੇ ਦੀ ਪਰਸਨਲ ਪ੍ਰਾਪਰਟੀ ਨਹੀਂ ਅਕਾਲ ਪੁਰਖ ਵਾਹਿਗੁਰੂ ਵੱਲੋਂ ਸੱਚ ਵੀ ਸਾਰੇ ਸੰਸਾਰ 'ਚ ਫੈਲਿਆ ਹੈ ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਸੱਚ ਦੀ ਗੱਲ ਕਰਨੀ ਸੀ ਤੇ ਜਨੇਊ ਕੌਣ ਆ ਗਏ ਇੱਕ ਬੜੀ ਕਮਾਲ ਦੀ ਗੱਲ ਲਿਖੀ ਹੈ ਕਹਿੰਦੇ ਨੇ ਸਤਿਗੁਰੂ ਪੁੱਛਦੇ ਨੇ ਜਨੇਊ ਕਹੋ ਕਿਉਂ ਕਹਿਣ ਲੱਗੇ ਧਰਮੀ ਹੋ ਜਾਓਗੇ ਮਹਾਰਾਜ ਕਹਿਣ ਲੱਗੇ ਫਿਰ ਮੈਂ ਧਰਮੀ ਹੋਵਾਂਗਾ ਤੇ ਮਰਦਾਨਾ ਕਿਉਂ ਰਹਿ ਜਾਏ ਇਹਨੂੰ ਵੀ ਧਰਮੀ ਕਰ ਲਓ ਉਹ ਕਹਿਣ ਲੱਗੇ ਨਹੀਂ ਅਸੀਂ ਸ਼ੂਦਰ ਨੂੰ ਜਨੇਊ ਨਹੀਂ ਪਾ ਸਕਦੇ ਮਹਾਰਾਜ ਕਹਿੰਦੇ ਮੇਰੀ ਭੈਣ ਨੂੰ ਜਨੇਊ ਪਾ ਦਿਓ ਬੇਬੇ ਨਾਨਕੀ ਵੀ ਧਰਮੀ ਹੋ ਜਾਏ ਕਹਿਣ ਲੱਗੇ ਨਹੀਂ ਅਸੀਂ ਔਰਤ ਨੂੰ ਜਨੇਊ ਵੀ ਨਹੀਂ ਪਾ ਸਕਦੇ ਮਹਾਰਾਜ ਕਹਿਣ ਲੱਗੇ ਮੈਂ ਤੇ ਜਿਸ ਅਕਾਲ ਪੁਰਖ ਦੇ ਦਰ ਤੋਂ ਸੱਚ ਨੂੰ ਲੈ ਕੇ ਆਇਆ ਉਸ ਸੱਚ ਤੇ ਸਾਰੀ ਕਾਇਨਾਤ ਦਾ ਹੱਕ ਹੈ ਮੈਂ ਉਹ ਜਨੇਊ ਪਾਵਾਂਗਾ ਜਿਹਨੂੰ ਦੁਨੀਆਂ ਦੇ ਹਰ ਕੋਨੇ ਵਿੱਚੋਂ ਮਨੁੱਖ ਧਾਰਨ ਕਰਕੇ ਰੱਬੀ ਪੁਰਖ ਬਣ ਸਕਦਾ ਹੈ ਗੁਰੂ ਨਾਨਕ ਜੀ ਦੇ ਨਾਲ ਵਿਰੋਧ ਉਸ ਦਿਨ ਤੋਂ ਸ਼ੁਰੂ ਹੋਇਆ ਕਿਉਂਕਿ ਤਾਕਤ ਨਹੀਂ ਸੀ ਕਿ ਲੜ ਸਕਦਾ ਪਰ ਜਿਨ੍ਹਾਂ ਦੇ ਹੱਥ ਵਿੱਚ ਤਾਕਤ ਸੀ ਉਹਨਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ ਪਰਖਿਆ ਧਰਮ ਹਮੇਸ਼ਾ ਭਾਣੇ ਵਿੱਚ ਰਹਿੰਦਾ ਰੱਬ ਦੇ ਮਨੁੱਖ ਦੇ ਨਹੀਂ ਇਹ ਧਰਮੀ ਤੇ ਅਨਧਰਮੀ ਦਾ ਅੱਜ ਅਸੀਂ ਹੌਲੀ ਹੌਲੀ ਮਨੁੱਖ ਦੇ ਭਾਣੇ ਵਿੱਚ ਰਹਿਣਾ ਸਿੱਖ ਲਿਆ ਪਰ ਗੁਰਦੇਵ ਸਤਿਗੁਰੂ ਕਹਿੰਦੇ ਨੇ ਤੁਸੀਂ ਮੈਨੂੰ ਸਜ਼ਾ ਨਹੀਂ ਦੇ ਸਕਦੇ ਇਹ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਹਾਂ ਮੇਰੇ ਸਰੀਰ ਨੂੰ ਤਾਂ ਤੁਸੀਂ ਸਾੜ ਸਕਦੇ ਹੋ ਪਰ ਤਾਂ ਮੰਨਾਂਗਾ ਜੇ ਮੇਰੇ ਸਿਧਾਂਤ ਨੂੰ ਡੁਲਾ ਸਕੋ ਸੱਚ ਪੁਰਾਣਾ ਹੋਵੇ ਨਾਹੀਂ ਆਪਣੇ ਤਨ ਦੀ ਕੁਰਬਾਨੀ ਦੇ ਕੇ ਤੇ ਪੰਜ ਸਿੱਖ ਦੇਖਦੇ ਪਏ ਸਨ ਸਾਹਮਣੇ ਕੈਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਨੂੰ ਸ਼ਹਾਦਤਾਂ ਦਾ ਦੌਰ ਸ਼ੁਰੂ ਹੋਇਆ ਇਹ ਸ਼ਹਾਦਤਾਂ ਦੇ ਦੌਰ ਨੂੰ ਅੱਗੇ ਵਧਾਇਆ ਜਦੋਂ ਲੋੜ ਪਈ ਤੇ ਸੀਸ ਚੁੱਕਿਆ ਜਦੋਂ ਲੋੜ ਨਹੀਂ ਤੇ ਇਹ ਸੀਸ ਕੱਟ ਦਿੱਤਾ ਜਿਸ ਸੀਸ ਤੇ ਦਸਤਾਰ ਦੇਖੀ ਜਿਸ ਸੀਸ ਤੇ ਕੇਸ ਦੇਖੇ ਕੱਟ ਦਿੱਤੇ ਪਰ ਅੱਜ ਕਿਉਂ ਉਹ ਦਿਨ ਭੁੱਲ ਗਏ ਜਦੋਂ ਕੋਈ ਆਸਰਾ ਨਾ ਮਿਲਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਹਜ਼ੂਰ ਵਿੱਚ ਆਣ ਕੇ ਸੀਸ ਝੁਕਾ ਕੇ ਕਹਿੰਦੇ ਹੋ ਬਾਹਾਂ ਹਮਾਰੀ ਪਕੜੀ ਹੈ ਹਰਗੋਬਿੰਦ ਕੇ ਨੰਦ ਗੁਰੂ ਤੇਗ ਬਹਾਦਰ ਮਹਾਰਾਜ ਨੇ ਫਿਰ ਸ਼ਹਾਦਤ ਦਿੱਤੀ ਕੁਰਬਾਨੀ ਦਿੱਤੀ ਹਿਊਮੈਨਿਟੀ ਵਾਸਤੇ ਅੱਜ ਅਸੀਂ ਬੜੇ ਚੁੱਪ ਹਾਂ ਪਰ ਜੇ ਕਿਤੇ ਤੁਹਾਡੇ ਵਿੱਚੋਂ ਜਿਹੜੇ ਅੱਜ ਦੇ ਸਮੇਂ ਦੇ ਹਾਣੀ ਵੀਰ ਨੇ UNO ਦੇ ਵਿੱਚ ਜਾ ਕੇ ਸਾਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਹਿਊਮਨ ਰਾਈਟਸ ਦੀ ਜਿਹੜੀ ਪਹਿਲੀ ਕੁਰਬਾਨੀ ਸੀ ਉਹ ਗੁਰੂ ਨਾਨਕ ਦੇ ਘਰ ਵਿੱਚੋਂ ਹੈ ਤੇ ਅੱਜ ਗੁਰੂ ਨਾਨਕ ਦੇ ਘਰ ਦੇ ਸਿਧਾਂਤ ਦੇ ਮੁਤਾਬਕ ਸਾਰੀ ਹਿਊਮੈਨਿਟੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੇ ਜਿਹੜੇ ਪਿੱਛੇ ਸਨ ਗੁਰਕਲਗੀ ਧਰ ਪਿਤਾ ਨੇ ਗੱਲ ਨਾਲ ਲਾ ਕੇ ਕਿਹਾ ਕਹਿਣ ਲੱਗੇ ਰੰਗਰੇਟੇ ਗੁਰੂ ਕੇ ਬੈਠੇ ਉਸੇ ਗੁਰੂ ਦੇ ਅੱਜ ਪੁੱਤਰ ਆ ਨਾ ਕਿਸੇ ਨਾਲ ਫਤਿਹ ਬੁਲਾਉਣ ਤੋਂ ਪੁੱਲ ਪੁੱਛਦੇ ਆ ਭਾਜੀ ਤੁਹਾਡੀ ਜਾਤ ਕੀ ਹੈ
ਭਾਜੀ ਤੁਹਾਡਾ ਇਲਾਕਾ ਕੀ ਹੈ? ਉਹ ਭਲਿਓ ਇੱਕ ਪਿਓ ਦੇ ਪੁੱਤਰ ਹਾਂ ਤੇ ਕਦੀ ਪਿਓ ਇੱਕ ਦੇ ਪੁੱਤਰ ਜਾਤ ਨਹੀਂ ਪੁੱਛਦੇ। ਜਿਸ ਦਿਨ ਅਹਿਸਾਸ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਧੀਆਂ ਪੁੱਤਰ ਹਾਂ, ਫਿਰ ਜਾਤ ਨਹੀਂ ਪੁੱਛਾਂਗੇ ਜੋਤ ਪੁੱਛਾਂਗੇ। ਕਿੰਨੀ ਜਗੀ ਗੁਰਬਾਣੀ ਦੀ ਜੋਤ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨਿਆਈ। ਕਿੰਨੀ ਕੁ ਗੁਰਬਾਣੀ ਦਾ ਜਪ, ਕਿੰਨੀ ਕੁ ਗੁਰਬਾਣੀ ਨੂੰ ਪ੍ਰੈਕਟੀਕਲ ਰੂਪ ਚ ਕਮਾ ਰਿਹਾ ਤੇ ਕਿੰਨਾ ਕੁ ਗੁਰੂ ਦੇ ਹੁਕਮ ਵਿੱਚ ਜਿਉ ਰਿਹਾ। ਫਿਰ ਇਹ ਪੁੱਛਾਂਗੇ, ਫਿਰ ਜਾਤ ਨੇ ਪੁੱਛਾਂਗੇ, ਕਿਉਂਕਿ ਗੁਰੂ ਨਾਲ ਗੱਲ ਨਾ ਲਾ ਕੇ ਗੱਲ ਕਈ ਕਹਿਣਗੇ ਹੁਣ ਤੂੰ ਪਿੱਛੇ ਨਾ ਰਹਿ, ਸਭ ਤੋਂ ਪਹਿਲਾ ਪੁੱਤਰ ਤੂੰ ਮੇਰਾ ਬਣਿਆ। ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਫਿਰ ਉਸ ਦਿਨ ਇਹ ਗੱਲ ਕਹੀ ਸੀ, ਮੈਂ ਕਰਮਾ ਕਰਕੇ ਤੇ ਸਰੂਪ ਕਰਕੇ ਐਸੇ ਮਨੁੱਖ ਦੀ ਸਿਰਜਣਾ ਕਰਾਂਗਾ ਜਿਹੜਾ ਲੱਖਾਂ ਦੇ ਵਿੱਚੋਂ ਪਹਿਚਾਣਿਆ ਜਾਵੇਗਾ ਜਿੱਥੇ ਮਰਜ਼ੀ ਹੋਵੇ। ਇਹ ਗੱਲ ਵੱਖਰੀ ਹੈ, ਅੱਜ ਉਹ ਸਰੂਪ ਅਸੀਂ ਆਪਣੇ ਹੱਥੀ ਖਤਮ ਕਰੀ ਜਾ ਰਹੇ ਹਾਂ। ਸਾਹਿਬ ਸਤਿਗੁਰੂ ਮਹਾਰਾਜ ਖਾਲਸੇ ਦੀ ਸਾਜਣਾ ਕਰਦੇ ਨੇ। ਖਾਲਸਾ ਸ਼ਬਦ ਦਾ ਅਰਥ ਕਦੇ ਸਮਝ ਆ ਜਾਏ, ਇਨਸਾਈਕਲੋਪੀਡੀਆ ਵਿੱਚ ਸ਼ਬਦ ਪੜਿਓ ਮਹਾਨ ਕੋਸ਼ ਵਿੱਚ। ਖਾਲਸਾ ਉਸ ਧਰਤੀ ਦਾ ਨਾਮ ਜਿਹੜੀ ਧਰਤੀ ਦਾ ਸਿੱਧਾ ਸੰਬੰਧ ਬਾਦਸ਼ਾਹ ਦੇ ਨਾਲ ਹੈ, ਜਿਹਨੂੰ ਕੋਈ ਟੈਕਸ ਨਹੀਂ, ਜਿਹਦਾ ਕੋਈ ਵਿਚੋਲਾ ਨਹੀਂ। ਤੇ ਗੁਰਕਲਗੀਧਰ ਪਿਤਾ ਨੇ ਸ਼ਬਦ ਚੁਣਿਆ ਜਿਹੜਾ ਗੁਰੂ ਨੂੰ ਸਮਰਪਿਤ, ਉਹਦਾ ਨਾਮ ਖਾਲਸਾ। ਉਹ ਇੱਕ ਅਕਾਲ ਤੇ ਇੱਕ ਗੁਰੂ ਤੋਂ ਬਿਨਾਂ ਕਿਸੇ ਦੂਸਰੇ ਨੂੰ ਨਹੀਂ ਮੰਨੇਗਾ, ਉਹ ਹੋਵੇਗਾ ਗੁਰੂ ਗੋਬਿੰਦ ਸਿੰਘ ਜੀ ਦਾ ਖਾਸ ਰੂਪ। ਅੱਜ ਸਾਡੇ ਤੇ ਗੁਰੂ ਦੇ ਵਿਚਕਾਰ ਬਹੁਤ ਕੁਝ ਐਸਾ ਹੈ। ਆਓ ਅੱਜ ਗੁਰੂ ਬਾਬਾ ਜੀ ਦੇ ਪੁੱਤਰਾਂ ਦੀ ਸ਼ਹਾਦਤ ਨੂੰ ਮਨਾਉਂਦਿਆਂ ਹੋਇਆ ਸਾਰੇ ਵਿਚੋਲੇ ਪਾਸੇ ਕਰਕੇ ਤੇ ਇੱਕ ਪ੍ਰਣ ਕਰਕੇ ਜਾਈਏ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਫਿਰ ਬਚਨ ਕੇ ਆਇਆ, ਜੋ ਪ੍ਰਭ ਕਹੋ ਮਿਲ ਬੋ ਚਾਹੈ ਖੋਜ ਸ਼ਬਦ ਮੈਂ ਲੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਖਾਲਸਾਈ ਸਿਧਾਂਤ ਇਸ ਵੰਗਾਰ ਨੂੰ ਸਮਰਪਿਤ ਹੋਏ, ਜਿੱਥੇ ਪੰਜ ਪਿਆਰੇ ਉੱਥੇ ਸਤਿਗੁਰੂ ਦੇ ਪੁੱਤਰਾਂ ਨੇ ਵੀ ਆਪਣਾ ਸੀਸ ਗੁਰੂ ਕਲਗੀਧਰ ਪਿਤਾ ਦੇ ਬਖਸ਼ੇ ਹੋਏ ਪੰਜਾਂ ਪਿਆਰਿਆਂ ਅੱਗੇ ਭੇਟ ਕੀਤਾ। ਅੱਜ ਸੰਗਤ ਗੁਰੂ ਖਾਲਸੇ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਮੈਂ ਬੇਨਤੀ ਕਰਾਂ ਆਓ, ਜੇ ਗੁਰੂ ਦੇ ਪੁੱਤਰ 7 ਤੇ 9 ਸਾਲ ਦੀ ਉਮਰ ਵਿੱਚ ਆਪਣੇ ਆਪ ਨੂੰ ਪੰਜਾਂ ਨੂੰ ਸਮਰਪਿਤ ਕਰਦੇ ਨੇ, ਸਾਡੀਆਂ ਤੇ ਉਮਰਾਂ ਲੰਘ ਗਈਆਂ, ਕਦੋਂ ਸਮਾਵੇਗਾ ਜਦੋਂ ਪੰਜਾਂ ਦੇ ਕੋਲ ਸੀਸ ਲੈ ਕੇ ਜਾ ਕੇ ਕਹਾਂਗੇ ਮੇਰਾ ਸੀਸ ਗੁਰੂ ਗ੍ਰੰਥ ਸਾਹਿਬ ਦਾ ਹੋ ਗਿਆ, ਅੱਜ ਤੋਂ ਬਾਅਦ ਮੈਂ ਗੁਰੂ ਦਾ ਹੋ ਗਿਆ। ਮਹਾਰਾਜ ਵੀ ਇਹ ਬਚਨ ਕਹਿੰਦੇ ਨੇ, ਕਹਿੰਦੇ ਨੇ ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰੂ ਸੱਚ ਹੈ ਭਾਵੇਂ ਗੁਰੂ ਤੇ ਰੋਜ਼ ਉਡੀਕਦਾ ਹੈ। ਸਾਹਿਬ ਸਤਿਗੁਰੂ ਦੇ ਪੁੱਤਰਾਂ ਨੇ ਅੰਮ੍ਰਿਤ ਪਾਨ ਕੀਤਾ। ਮੈਂ ਬੇਨਤੀ ਕਰਾਂ ਕਿਤੇ ਐਸਾ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਅੰਗਰੇਜ਼ ਇਤਿਹਾਸਕਾਰ ਕਹਿੰਦੇ ਸਨ ਸਿੱਖਾਂ ਦੀਆਂ ਤਸਵੀਰਾਂ ਅਜਾਇਬ ਘਰਾਂ ਵਿੱਚ, ਅਜੇ ਪ੍ਰਣ ਲੈ ਕੇ ਜਾਇਓ ਸਿੱਖਾਂ ਦੀਆਂ ਤਸਵੀਰਾਂ ਅਜਾਇਬ ਘਰਾਂ ਵਿੱਚ ਨਹੀਂ, ਮੇਰੇ ਪੁੱਤਰਾਂ ਦੇ ਰੂਪ ਵਿੱਚ ਵਿਰਸੇ 'ਚ ਜਾਣਗੀਆਂ, ਮੇਰੀਆਂ ਧੀਆਂ ਦੇ ਰੂਪ 'ਚ ਵਿਰਸੇ 'ਚ ਜਾਣਗੀਆਂ। ਸਾਹਿਬ ਦੇ ਸਾਜੇ ਹੋਏ ਖਾਲਸੇ ਨੂੰ ਸਤਿਗੁਰੂ ਨੇ ਸਿਧਾਂਤ ਬਖਸ਼ਿਆ, ਖਾਲਸਾ ਸੋਏ ਨਿਰਧਨ ਕੋ ਪਲ ਹੈ, ਖਾਲਸਾ ਸੋਏ ਦੁਸ਼ਟ ਕੋ ਗੱਲ ਹੈ। ਦੇਗ ਤੇਗ ਅਸੀਂ ਅਰਦਾਸ ਵਿੱਚ ਕਹਿੰਦੇ ਹਾਂ, ਦੇਗ ਦਾ ਭਾਵ ਹੈ ਲੰਗਰ ਚੱਲਦੇ ਨੇ, ਕੋਈ ਸੰਸਾਰ ਦਾ ਭੁੱਖਾ ਮੈਨੂੰ ਖਾਣ ਕੇ ਛਕੋ। ਇਹ ਦਿਨ ਆਉਣੇ ਨੇ ਸੰਗਤ, ਇੱਥੇ ਅਸੀਂ ਪ੍ਰਸ਼ਾਦਾ ਲੰਗਰ ਤਿਆਰ ਕਰਨਾ ਸਿੱਖਣਾ ਸੀ ਤੇ ਖਿਆਲ ਰੱਖਣਾ ਇਸ ਸਿਆਲ ਦੇ ਵਿੱਚ ਕਿ ਮੇਰੀ ਗਲੀ ਦੇ ਵਿੱਚ ਕੋਈ ਵੀ ਮਨੁੱਖ ਪ੍ਰਸ਼ਾਦੇ ਤੋਂ ਭੁੱਖਾ ਨਾ ਮਰੇ, ਮੈਂ ਆਪਣੇ ਘਰੋਂ ਪ੍ਰਸ਼ਾਦਾ ਤਿਆਰ ਕਰਕੇ ਉਹਦੇ ਘਰ ਪਹੁੰਚਾਵਾਂ। ਇਹ ਖਾਲਸੇ ਦੀ ਦੇਗ ਦੀ ਫਤਿਹ ਹੈ ਤੇ ਮੇਰੇ ਹੁੰਦਿਆਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਖਰਾਬ ਨਾ ਹੋਵੇ, ਇਹ ਮੇਰੀ ਤੇਗ ਦੀ ਫਤਿਹ ਹੈ। ਦੋ ਚੀਜ਼ਾਂ ਗੁਰੂ ਕਲਗੀਧਰ ਪਿਤਾ ਨੇ ਬਖਸ਼ੀਆਂ, ਪਰ ਜ਼ਾਲਮ ਕਦੋਂ ਜਰ ਸਕਦਾ ਸੀ ਇਹਨਾਂ ਗੱਲਾਂ ਨੂੰ। ਮੈਂ ਦੇਖਿਆ ਕੈਨੇਡਾ ਦੇ ਇੱਕ ਗੁਰਦੁਆਰੇ ਦੇ ਨਾਲ ਹੀ ਨਾ ਇੱਕ ਭੰਗੜਾ ਸਿਖਾਇਆ ਜਾਂਦਾ ਸੀ, ਗੁਰਦੁਆਰੇ ਵਿੱਚ ਗੱਤਕਾ ਸਿਖਾਇਆ ਜਾਂਦਾ ਸੀ। ਗੱਤਕਾ ਸਿੱਖਣ ਵਾਸਤੇ 10 ਤੋਂ 15 ਸਿੱਖ ਬੱਚੇ ਤੇ ਭੰਗੜੇ ਨੂੰ ਸਿੱਖਣ ਵਾਸਤੇ 75 ਬੱਚੇ ਜਾਂਦੇ ਸਨ। ਤੇ ਮੈਂ ਤੇ ਹੁਣ ਹੈਰਾਨ ਹੋ ਗਿਆ, ਬੱਚਿਆਂ ਦੀ ਗੱਲ ਛੱਡੋ, ਗੁਰੂ ਨਾਨਕ ਬਾਬਾ ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਛੱਡ ਕੇ ਵੱਡੇ ਵੀ ਹੁਣ ਜਾ ਕੇ ਭੰਗੜੇ ਪਾਉਂਦੇ ਨੇ ਆਪਣੀਆਂ ਧੀਆਂ ਦੀ ਉਮਰਾਂ ਦੇ ਨਾਲ। ਉਹ ਗੁਰੂ ਪਿਆਰੇ ਸਾਡਾ ਤੇ ਵਿਰਸਾ ਸੀ, ਖਾਲਸਾ ਸੋਏ ਜੋ ਚੜ੍ਹੈ ਤੁਰੰਗ, ਖਾਲਸਾ ਸੋਏ ਕਰੈ ਨਿਤ ਜੰਗ। ਆਪਣੇ ਬੱਚਿਆਂ ਨੂੰ ਗੁਰੂ ਬਾਬਾ ਜੀ ਦੇ ਬਖਸ਼ੇ ਹੋਏ ਸ਼ਸਤਰ ਵਿਦਿਆ ਦਾ ਅਭਿਆਸ ਜ਼ਰੂਰ ਸਿਖਾਇਓ। ਆ ਰਾਮਦੇਵ ਵਰਗੇ ਜੋਗਿਆਂ ਦੇ ਮਗਰ ਪਏ ਆ ਨਾ, ਕਦੇ ਦੇਖੋ ਰਾਮਦੇਵ ਨੂੰ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜਿਆ ਸੀ ਪਿੱਛੇ ਗੁੱਤ ਕਰਕੇ, ਤੇ ਦੇਖੋ ਬਾਬਾ ਦੀਪ ਸਿੰਘ ਜੀ ਨੂੰ 75 ਸਾਲ ਦੀ ਉਮਰ ਵਿੱਚ ਦਮਦਮਾ ਸਾਹਿਬ ਤੋਂ ਸੀਸ ਤਲੀ ਤੇ ਰੱਖ ਕੇ 18 ਸਿਰ ਦਾ ਖੰਡਾ ਲੈ ਕੇ ਆ ਰਿਹਾ। ਤੇ ਫੈਸਲਾ ਤੁਸੀਂ ਕਰਨਾ ਭਈ ਜੋਗੀਆਂ ਦੇ ਚੇਲੇ ਬਣਨਾ ਕਿ ਖਾਲਸਾ ਜੀਵਨ ਬਤੀਤ ਕਰਨਾ। ਅੱਜ ਆਪਣੇ ਅੰਦਰ ਇੱਕ ਫੈਸਲਾ ਲੈ ਕੇ ਜਾਣਾ, ਗੁਰੂ ਬਾਬਾ ਜੀ ਦੇ ਸਾਹਿਬਜ਼ਾਦੇ ਸ਼ਾਸਤਰ ਵਿਦਿਆ ਦਾ ਅਭਿਆਸ ਕਰਦੇ ਨੇ,
ਤੇ ਗੁਰੂ ਬਾਬਾ ਜੀ ਕੁਰਬਾਨ ਜਾਂਦੇ ਨੇ ਜਿਸ ਦਿਨ ਅਸੀਂ ਵੀ ਤੇਗ ਲੈ ਕੇ ਹੱਥ ਦੇ ਵਿੱਚ ਸ਼ਸਤਰ ਵਿਦਿਆ ਸਿੱਖਾਂਗੇ ਗੁਰੂ ਬਾਬਾ ਜੀ ਸਾਡੇ ਤੇ ਵੀ ਜ਼ਰੂਰ ਬਖਸ਼ਿਸ਼ ਕਰਨਗੇ ਇਹ ਗੁਰਕਲਗੀ ਤਰਪਿਤਾ ਮਹਾਰਾਜ ਦਾ ਹੁਕਮ ਹੈ ਸਤਿਗੁਰੂ ਦਾ ਹੁਕਮ ਸੀ ਜਬ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤਨ ਸ਼ਸਤਰ ਸਜਾਵੋ ਕਮਰ ਕਸਾ ਕਰ ਦੇਹੋ ਦਿਖਾਈ ਹਮਰੀ ਖੁਸ਼ੀ ਹੋਏ ਦਿਖਾਈ ਸ਼ਸਤਰ ਜਨਿਆਓ ਦੀ ਤਰ੍ਹਾਂ ਨਹੀਂ ਪਹਿਨਣਾ ਸ਼ਸਤਰ ਦੀ ਵਰਤੋਂ ਵੀ ਯੋਗਤਾ ਜਗ੍ਹਾ ਤੇ ਕਰ ਦੇਣੀ ਖਾਲਸੇ ਦਾ ਫਰਜ਼ ਬਣਦਾ ਹੈ ਐਸਾ ਨਾ ਹੋਵੇ ਕਿ ਸਾਡੇ ਧਰਮ ਦੇ ਖਿਲਾਫ਼ ਸਾਡੇ ਗੁਰੂ ਸਾਹਿਬਾਨ ਦੇ ਖਿਲਾਫ਼ ਕੋਈ ਗੱਲ ਕਰਦਾ ਹੋਵੇ ਤੇ ਅਸੀਂ ਸਿਰ ਝੁਕਾ ਕੇ ਲੰਘ ਜਾਈਏ ਤੇ ਵੋਟਾਂ ਬਦਲੇ ਇੱਕ ਦੂਜੇ ਨਾਲ ਲੜਦੇ ਹੋਈਏ ਘਰਾਂ ਬਦਲੇ ਇੱਕ ਦੂਜੇ ਨਾਲ ਲੜਦੇ ਹੋਈਏ ਜ਼ਮੀਨਾਂ ਬਦਲੇ ਲੜਦੇ ਹੋਈਏ ਜਿੱਥੇ ਲੜਨਾ ਉੱਥੇ ਸੀਸ ਝੁਕ ਜਾਵੇ ਉਹ ਗੁਰੂ ਕਾ ਸਿੱਖ ਨਹੀਂ ਜੇ ਹੋ ਸਕਦਾ ਸਿਰਫ ਸਤਿਗੁਰੂ ਮਹਾਰਾਜ ਫਿਰ ਪਹਾੜੀ ਰਾਜਿਆਂ ਨੇ ਹਮਲੇ ਕੀਤੇ ਕਿਉਂ ਕਿਉਂਕਿ ਅਨੰਦਪੁਰ ਐਸੀ ਜਗ੍ਹਾ ਸੀ ਸੰਸਾਰ ਦੇ ਵਿੱਚ ਜਿੱਥੋਂ ਆਵਾਜ਼ ਆਉਂਦੀ ਸੀ ਭੈ ਕਾਹੂ ਕੋ ਦੇਤ ਨੈ ਨਹਿ ਪੈਮਾਨਤ ਆਨ ਨਾ ਕਿਸੇ ਨੂੰ ਡਰਾਓ ਨਾ ਕਿਸੇ ਕੋਲ ਡਰੋ ਜੀਓ ਅਤੇ ਜਿਉਣ ਦਿਓ ਬਿਨਾਂ ਕਿਸੇ ਡਰ ਦੇ ਜੀਓ ਬਿਨਾਂ ਕਿਸੇ ਨੂੰ ਡਰਾ ਕੇ ਜੀਓ ਅਨੰਦਪੁਰ ਦੀ ਆਵਾਜ਼ ਨੂੰ ਦਬਾਉਣ ਵਾਸਤੇ ਪਹਾੜੀ ਰਾਜਿਆਂ ਨੇ ਬੜੇ ਹਮਲੇ ਕੀਤੇ ਨੌ ਹਮਲਿਆਂ ਦਾ ਜ਼ਿਕਰ ਆਉਂਦਾ ਪਰ ਗੁਰੂ ਬਾਬਾ ਜੀ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਦਾ ਮੁਕਾਬਲਾ ਕਰਦੇ ਨੇ ਸਿੱਖਾਂ ਦੇ ਅੰਦਰ ਇੰਨੀ ਜ਼ੁਰਤ ਹੈ ਵੀ ਕਦੇ ਇਕੱਲਾ ਵੀ ਸਿੱਖ ਟੱਕਰ ਜਾਂਦਾ ਸੀ ਨਾ ਉਹ ਵੀ ਤੇਗ ਧੂ ਕੇ ਦੋ ਦੋ ਤਿੰਨ ਤਿੰਨ ਸੌ ਪਹਾੜੀਆਂ ਦੇ ਬੰਦਿਆਂ ਨੂੰ ਅੱਗੇ ਲੈ ਜਾਂਦਾ ਸੀ ਧੂ ਕੇ ਇਹੋ ਜਿਹੀ ਜ਼ੁਰਤ ਸਤਿਗੁਰੂ ਜੀ ਦੇ ਬਖਸ਼ਿਸ਼ ਹੋ ਗਈ ਸਿੱਖਾਂ ਨੂੰ ਪਰ ਇੱਕ ਗੱਲ ਗੁਰਦੇਵ ਨੇ ਸਿਖਾਈ ਮੈਨੂੰ ਇਹ ਘਟਨਾ ਯਾਦ ਆਈ ਗੁਰਮੁਖ ਪਿਆਰੇ ਲਿਖਿਆ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ਼ਾਮ ਨੂੰ ਸੈਰ ਕਰ ਰਹੇ ਸਨ ਕੁਝ ਸਿੱਖ ਨਾਲ ਸਨ ਤੇ ਮਹਾਰਾਜ ਸਤਿਗੁਰੂ ਜੀ ਨੂੰ ਦੇਖ ਕੇ ਕੁਝ ਦੁਸ਼ਮਣ ਜਿਹੜੇ ਵਾਰ ਕਰਨ ਆ ਗਏ ਸਿੱਖਾਂ ਨੇ ਮੁਕਾਬਲਾ ਕੀਤਾ ਉਹ ਦੌੜ ਗਏ ਤੇ ਖਾਲਸੇ ਜਿਹੜੇ ਸਨ ਉਹਨਾਂ ਦੇ ਮਗਰ ਦੌੜੇ ਮਹਾਰਾਜ ਨੇ ਇਸ਼ਾਰਾ ਕੀਤਾ ਕਹਿੰਦੇ ਵਾਪਸ ਆ ਜਾਓ ਪਰ ਸਾਡੇ ਵਾਂਗੂ ਬਹੁਤੇ ਜੋਸ਼ੀਲੇ ਸਨ ਨਾ ਅਸੀਂ ਜੋਸ਼ ਵਿੱਚ ਆਣ ਕੇ ਸਿਧਾਂਤ ਹੀ ਭੁੱਲ ਜਾਂਦੇ ਹਾਂ ਮਗਰ ਭੱਜੇ ਰਹੇ ਸਹਿਬ ਸਤਿਗੁਰੂ ਮਹਾਰਾਜ ਉੱਥੇ ਹੀ ਨੇ ਤੇ ਜਦੋਂ ਭੱਜੇ ਤੇ ਦੂਰ ਜਾ ਕੇ ਜਿਹੜਾ ਦੁਸ਼ਮਣ ਸੀ ਉਹਦਾ ਇੱਕ ਹੋਰ ਟੋਲਾ ਆ ਗਿਆ ਇਹਨਾਂ ਨੂੰ ਪਿੱਛੇ ਭੱਜਣਾ ਪਿਆ ਪਿੱਛੇ ਮੁੜਨਾ ਪਿਆ ਤੇ ਜਦੋਂ ਰਾਤ ਪੈ ਗਈ ਤੇ ਚੇਤਾ ਆਇਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੇ ਅਸੀਂ ਉੱਥੇ ਛੱਡ ਕੇ ਆਏ ਹਾਂ ਰਾਤ ਸਾਰੀ ਖੁਆਰ ਹੁੰਦੇ ਰਹੇ ਭਟਕਦੇ ਰਹੇ ਜੰਗਲ ਵਿੱਚ ਤੇ ਜਦੋਂ ਚੇਤਾ ਆਇਆ ਤੇ ਗੁਰੂ ਬਾਬਾ ਜੀ ਦੇ ਚਰਨਾਂ ਚ ਆਏ ਕਹਿਣ ਲੱਗੇ ਮਹਾਰਾਜ ਬੜੇ ਦੁਖੀ ਹੋਏ ਆ ਤੇ ਸਤਿਗੁਰੂ ਨੇ ਬਚਨ ਕੀਤਾ ਕਹਿਣ ਲੱਗੇ ਜਦੋਂ ਗੁਰੂ ਤੋਂ ਬੇਮੁਖ ਹੋਵੋਗੇ ਹਮੇਸ਼ਾ ਦੁਖੀ ਰਹੋਗੇ ਜਿਨ ਗੁਰੂ ਗੋਪਿਆ ਆਪਣਾ ਸੇ ਨਰ ਦੁਖਿਆਰੀ ਕਹਿਣ ਲੱਗੇ ਜਿਹੜਾ ਗੁਰੂ ਨੂੰ ਪਿੱਠ ਦੇਗਾ ਹਮੇਸ਼ਾ ਹੀ ਦੁਖੀ ਰਹੇਗਾ ਅੱਜ ਖਿਆਲ ਕਰਕੇ ਝਾਤ ਮਾਰ ਕੇ ਦੇਖਣਾ ਭਾਵੇਂ ਸਾਡੇ ਕੋਲ ਸਾਰਾ ਕੁਝ ਹੈ ਪਰ ਸਾਡੇ ਕੋਲ ਅੰਦਰ ਦਾ ਸੁੱਖ ਨਹੀਂ ਜੋ ਗੁਰੂ ਬਾਬਾ ਜੀ ਦੇ ਖਾਲਸੇ ਕੋਲ ਹੋਇਆ ਕਰਦਾ ਸੀ ਕਿਤੇ ਦੇਖੋ ਇਤਿਹਾਸ ਪੜ੍ਹ ਕੇ ਕਹਿੰਦਾ ਹਾਰ ਇਹਨਾਂ ਦੇ ਮਾੜੇ ਪਾਟੇ ਕਛੜੂਏ ਪਰ ਸਾਂਭ ਰੱਖਣ ਕਿਰਪਾਨਾ ਵੱਧ ਕੇ ਜਾਣ ਤੋਂ ਅੱਜ ਉਹ ਖਾਲਸਾ ਹੀ ਸਿਧਾਂਤ ਜੋ ਦੇਗ ਤੇ ਤੇਗ ਦੇ ਰੂਪ ਚ ਮਿਲਿਆ ਸੀ ਕਿਤੇ ਛੁੱਟ ਤੇ ਨਹੀਂ ਗਿਆ ਸਹਿਬ ਸਤਿਗੁਰੂ ਮਹਾਰਾਜ ਦੇ ਇਹ ਮੁਕਾਬਲਾ ਕਰਨ ਵਾਸਤੇ ਅਨੰਦਪੁਰ ਨੂੰ ਘੇਰਾ ਪਾਉਂਦੇ ਨੇ ਅਸਲ ਵਿੱਚ ਉਹ ਗੁਰੂ ਸੋਚ ਨੂੰ ਖਤਮ ਕਰਨਾ ਚਾਹੁੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੱਖ ਮੁਕਾਬਲਾ ਕਰਦੇ ਨੇ ਰਾਤ ਦਿਨ ਇਹ ਜੰਗ ਚੱਲਦੀ ਹੈ ਪਹਾੜੀ ਰਾਜਿਆਂ ਨੇ ਕਿਹਾ ਲੋਹਗੜ੍ਹ ਦਾ ਕਿਲਾ ਤੋੜ ਦਿਓ ਮਸਤ ਹਾਥੀ ਦੇ ਤੁਸੀਂ ਸਾਰੀ ਸਾਖੀ ਸੁਣੀ ਹੈ ਮੈਂ ਇੱਕ ਗੱਲ ਵਿੱਚੋਂ ਕੋਟ ਕਰਾਂਗਾ ਦੁਨੀ ਚੰਦ ਦੌੜ ਗਿਆ ਗੁਰੂ ਤੇ ਭਰੋਸਾ ਨਹੀਂ ਸੀ ਜਦੋਂ ਕਹਿੰਦਾ ਮੈਂ ਆਪ ਲੜਨਾ ਨਾ ਉਦੋਂ ਦੌੜ ਗਿਆ ਵੀ ਮੈਂ ਲੜਾਂਗਾ ਰਾਤ ਦੌੜਿਆ ਗੁਰੂ ਤੋਂ ਬੇਮੁੱਖ ਹੋ ਕੇ ਮੌਤ ਤੋਂ ਡਰ ਕੇ ਤੁਹਾਨੂੰ ਪਤਾ ਕੀ ਹੋਇਆ ਕਿਲੇ ਦੀ ਕੰਧ ਤੋਂ ਛਾਲ ਮਾਰੀ ਤੇ ਲੱਤ ਟੁੱਟ ਗਈ ਜਦੋਂ ਚੁੱਕ ਕੇ ਚਾਰ ਜਾਣਿਆਂ ਘਰ ਖੜਿਆ ਤੇ ਰਾਤ ਸੱਪ ਲੜਿਆ ਤੇ ਇਸਦੀ ਮੌਤ ਹੋ ਗਈ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੇ ਨਾ ਜਾਣਿਆ ਕੋਏ ਮਰਨਾ ਆਇਆ ਹੀ ਨਹੀਂ ਤੇ ਫਿਰ ਉਹਦੇ ਦੋ ਪੁੱਤਰਾਂ ਨੇ ਆਣ ਕੇ ਜਿਹੜੀ ਤੁਸੀਂ ਮੁਕਤਸਰ ਦੀ ਜੰਗ ਦੇਖਦੇ ਹੋ ਉਹਦੇ ਵਿੱਚ ਸ਼ਹਾਦਤ ਪ੍ਰਾਪਤ ਕਰਕੇ ਆਪਣੇ ਦਾਦੇ ਦੇ ਕੀਤੇ ਹੋਏ ਇਸ ਗੁਨਾਹ ਨੂੰ ਬਖਸ਼ਾਇਆ ਭਾਈ ਬਚਿੱਤਰ ਸਿੰਘ ਗੁਰਦੇਵ ਸਤਿਗੁਰੂ ਕੋਲ ਹਾਜ਼ਰ ਹੋਏ ਚੌਰ ਬਰਦਾਸ ਸਨ ਮਹਾਰਾਜ ਦੇ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪੁੱਤਰ ਨੇ ਤੇ ਮਹਾਰਾਜ ਸਤਿਗੁਰੂ ਨੂੰ ਨਮਸਕਾਰ ਕਰਕੇ ਕਹਿੰਦੇ ਨੇ ਮਹਾਰਾਜ ਕਹਿੰਦੇ ਆ ਵੇਖੋ ਸਾਡਾ ਸ਼ੇਰ ਲੜੇਗਾ ਲੜੇਗਾ ਕਹਿ ਲੱਗੇ ਪਾਤਸ਼ਾਹ ਤੁਸੀਂ ਚਾਹੋ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰਕੀਨੀ ਕਿਰਪਾ ਹਰ ਨਾਮ ਦਿਓ ਗੁਰਦੇਵ ਕਹਿੰਦੇ ਭਰੋਸਾ ਕਰ ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਵ ਦੀਜੈ ਜਾਮ ਗੁਰੂ ਹੋਏ ਵੱਲ ਲੱਖ ਬਾਹੀ ਕਿਆ ਕੀਜੈ ਉੱਥੇ ਇੱਕ ਬਚਨ ਕਿਹਾ ਗੁਰਦੇਵ ਕਹਿਣ ਲੱਗੇ ਵਿਧੀ ਭਾਈ ਬਚਿੱਤਰ ਸਿੰਘ ਬੇਟਾ ਹਾਥੀ ਤੇ ਆ ਹੀ ਮਰਨ ਲਈ ਰਿਹਾ ਹਾਥੀ ਮਰਨ ਲਈ ਆ ਰਿਹਾ ਤੂੰ ਗੁਰੂ ਦੇ ਭਰੋਸੇ ਵਿੱਚ ਸਿਰਫ ਅੱਗੇ ਹੀ ਵਧਣਾ ਬਾਕੀ ਕੰਮ ਸਾਰਾ ਗੁਰੂ ਕਰੇਗਾ ਸੰਗਤ ਕਿਤੇ ਭਰੋਸਾ ਰੱਖੋ ਅੱਜ ਸਾਡੇ ਸਾਹਮਣੇ ਬੜੇ ਮਸਤ ਹਾਥੀ ਤੁਰੇ ਹੁੰਦੇ ਨੇ
किते नशियां दा, किते देहधारी गुरुआं दा, किते सरकारी टोटां दा, बहुत कुछ जिन्हें भी कहना, मैं बेनती करा बस साढ़े उठन की देर आ। गुरु के शब्द दा नागनी वर्षा फड़ के जिदन तुरांगे ना दुनिया की कोई भी मुश्किल सिखां दे सामने रह नहीं सकती। बस असी सुते हुए आ, साढ़े अंदरों भाई विचित्र सिंह वाला एहसास नहीं है। मस्त हाथी आया, भाई विचित्र सिंह ने घोड़े दियां लगामां खिंच के सतगुरु का दिता नागनी वर्षा जदों दे मत्थे च मार के खिंचया, ते इउं जिवें बंबी चलदी है ना पिंडां च खून का फुहारा चल पिया, वह अपनियां फौजां मेदां नूं दौड़दा गया। उत्थे इक बचन होया, सिख कहिंदे वाह विचित्र सिंह क्या कमाल कीती है, ते भाई विचित्र सिंह हाथ जोड़ के कहिंदा मैं कुछ नहीं कीता, इह बख्शिश गुर कलगी धर पिता ने कीती है। जदों वी असीं कोई धर्म का कर्म करिए ना, उदों मैं नहीं कीता, इह बख्शिश गुर कलगी धर पिता की होई है। जदों असीं सारे मन के चलांगे ते साडे अंदर दी हौमे दी मैल भी धुप जाएगी। अज उड़ीकदे ने सतगुरु कि कदों सिख आवे ते कहे मैं ना पखंडियां दा, मैं ना नशियां दा, मैं ना देहधारी गुरुआं दा, मैं मुकाबला करने वास्ते तैयार हाँ। गुरु थापड़ा दे के तोरदा है, ते फिर ज्ञानी दित सिंह वर्गे पैदा होंदे ने, लखां दा मुकाबला करदे होए सच ते टिके रहिंदे ने। गल कली हथियारां दी लड़ाई नहीं जी, लड़ाई विचारां दी भी जी। सोमवार असीं विचारां दी लड़ाई विचारनी है। दुश्मन चढ़ के आउंदा है ते सतगुरु सच्चे पातशाह महाराज दे कोल इक ने कुरान दी कसम खा ली औरंगजेब ने, दूजिया ने एक सहुं खा ली गऊ दी। सिख कहण लगे महाराज किन्ने चंगे लोग ने, कसम खा ली है ते हुण असीं आनंदपुर साहिब छड्ड जाईए। महाराज जी कहण लगे एक राजनीति की गल सुन लो, जिहड़े लोग कसमां खांदे ने उह कदे भी सच्चे नहीं हुंदे, जिहड़े लोग कसमां खांदे ने कदे भी सच्चे नहीं हुंदे। इस करके नीति है, क्योंकि सिखां नूं मारे ने झूठे ला रहे ने हमेशा ही। 47 विच नहरू ने लारा लाया, 78 विच इंदिरा गांधी ने, 84 ते भी कह रही है जिस ने अटैक करना 3 दिन पहलों, भाई कोई गल नहीं हम सिखों के साथ समझौता करेंगे। सतगुरु कहन लगे ये जिहड़े कसमां खाण वाले ने कदे भरोसा ना करियो, ते मैं बेनती करा कदे गुरु की सौं खाणी भी नहीं जे। ये कसमां नहीं, दृढ़ता जीवन दे विच रखो। साहब सतगुरु कह रहे ने सिख सन भुखे 9 महीने दे। मैं देखिया कितें ना सानूं एक डंग प्रशादा ना मिले ते की हालत हो जांदी है। 9 महीने विच रुखां दे पत्ते घोड़ियां तक, इत्थों तक जिक्र आउंदा कि सिखां ने एक दूजे का मास भी सिंगां नूं खवाया, कि मैं ते मर लगा तू मेरा मास खा के अपना जीवन बतीत कर ला, तू जिउंदा रहना चाहीदा। यह भाई गुरदास नंगल की जिहड़ी गढ़ी है ना, गुरदास नंगल की, उत्थों की घटना का जिक्र किया प्राचीन पंथ प्रकाश विच। किन्ना कु प्यार सी सिख दा सिख नाल, मरदा पिया बीमारी नाल, ते दूजे सिख नूं कहिंदा कहिंदा मेरे अपना खंजर मार के ते मास कढ के खा ला, ताकि तू जिउंदा रहे सच दे पिछे लड़ सके, मैं ते वैसे भी मर जाणा। सिंह सिंगण पर वारण जात, ऐसी बख्शिश सतगुरु सच्चे पातशाह दी हुंदी है। महाराज ने रोकिया पर सिख नहीं रोके। रात नूं सतगुरु महाराज ने कुछ पुराने बर्तन, कुछ पुराने कपड़िया के उपर दुशाले पा के, रेशमी कपड़े पा के भेजे, कसमां टुट गईयां। वेख के सारा कुछ भुल गए, साडा भी कितें हाल है ते नहीं, भई गुरु ने इंग्लैंड दे दिता, गुरु ने इत्थों दीआं कोठियां कारां दे दित्तियां, ते असीं सिखी छड्ड दित्ती गुरु दी। आओ अज अरदास करके जायो, महाराज तेरे दर तो भटकिया सा। जिहड़ा प्रोफेसर पूरन सिंह कहिंदा भटकिया पता नहीं कदों प्रवान होवांगा, ते इक सिख ने कहा सी गुरु इन्ना दयाल है जदों आवाज मारेगा कदों उदों प्रवान कर लैंदा। बोले सो निहाल। यह रात 19 दिसंबर दी 1704, जिस दिन गुरु कलगीधर पिता ने आनंदपुर साहब छड़िया, शामां बड़ियां आईयां ने। उन्हां चों इक शाम यह सी कि सतगुरु ने आनंदपुर साहब छड़िया, ते दोबारा आनंदपुर साहब आए ने। 5 साल की उम्र विच आनंदपुर साहब तो तुरे सतगुरु सच्चे पातशाह महाराज, परिवार है नाल, ते रात निकले ने। सिंघां दे जथे वण दिते गए, सब तो पिछे जथा उहदे विच बाबा अजीत सिंह जी, बाबा जीवन सिंह जी जिन्हां नूं भाई जैता जी कहिंदे आ, भाई उदय सिंह जी, भाई विचित्र सिंह जी, इह सारे ही राखी करदे पिछे आ रहे ने। दुश्मन ने अपनी कसम तोड़ दी, चोरां यारां आशकां कसमां नाल विहार, पर कहन लगे कोई चेते नहीं रहा अपना कीता होया कौल। मैनू एक अजमेरी चंद की गल चेते आउंदी है, फकीर दी, वह मुसलमाना च बैठा कहिंदा सी तुसी अपने आप नूं कुरान दे पैरोकार मनदे हो, मैं तुहाडे ते यकीन नहीं करदा। कहिंदा मैनू गुरु गोबिंद सिंह ते यकीन है, कसम तुसी खांदे हो ते निभाउंदा ओह है, कसम तुसी खांदे हो। साहिब सतगुरु महाराज सच्चे पातशाह जी निकले, देखो बाबा जीवन सिंह जी जंग करते हुए, ये वो लोग ने जिहड़े साडे वांगू कहिंदे हुंदे सन काम हमारा तोलण तकड़ी,
असि भी अज कह लिए काम हमारा तोलन पाउंड कदी गुरु बाबा जी का इतिहास विरसा घर बना ले कोठियां बना लिया बहुत कुछ बनिया पर जे असि कही गुरु का शब्द कमाया ते अपने बच्चों तक दिता है। मैं एक परिवार मिलके आया बहुत बिजी मैं गल की हुई है कह लगे जी बच्चे क्रिसमस दियां पार्टियां चले ने चौथी जगह तो हो या पंजवीं जगह ते क्रिसमस मनाने चले हैं सरदार परिवार के बच्चे ते मैं रो के उन्होंने कहा मैं कह ते तुसी मना लो गे साहबजादे दा शहीदी गुरपुरब ते फिर ईसाई मनाउणगे कौन मनाएगा साहबजादे दा शहीदी गुरपुरब सानू चेते भुल गया ठीक है उन्होंने उन्हों का मुबारक है पर असी क्यों भुल गए असी खुशियां किस गल दियां मनाईयां चले साहब सतगुरु महाराज ते ए जंग दे विच भाई जैता जी साहबजादा अजीत सिंह जी इस जंग दे विच लड़दे ने इस मैदानी जंग दे विच सतगुरु जी ने सरसा नदी नूं पार कीता बहुत चढ़ी हुई सी इस दरिया के पानी ने परिवार का विछोड़ा पा दिता एक पासे माता जी एक पासे गुरु के महल ते भाई मनी सिंह एक पासे सतगुरु महाराज ते पिछे मैदानी जंग विच मुकाबला हो रहा है साहब सतगुरु महाराज एह जगह है गुरु प्यारी साध संगत परिवार विछोड़ा साहब जिथे सतगुरु के परिवार ने विछोड़ा पाया ते विछड़ के दोबारा पुत्र मिले नहीं कदे एहसास ते करियो साडा बच्चा पांच मिनट घर ना मुड़े वापस ना आवे ते साडे ते की बीती है कलगियां वाले दे गए हुए कदी भी ना मुड़े ते उहदी रसना ते एक वारी भी दुख नहीं सी एक वारी भी शिकर नहीं सी क्योंकि सानू दसन वास्ते आए ने जीवन किवें जीउणा धर्म पिछे सतगुरु सच्चे पातशाह महाराज ने जदों सरसा पार कीती ते अमृत वेला भाई दया सिंह जी कहिंदे ने सतगुरु इस वेले ना आनंदपुर साहब विच आसा की वार दा कीर्तन शुरू हो जांदा है ते महाराज सतगुरु कहिण लगे दया सिंह जी जे उत्थे शुरू हुंदा है ते इत्थे भी जरूर होवेगा सरसा दे पार जंग चल रही है ते सरसा दे आरले पासे गुरु कलगीधर पिता महाराज आप आसा की वार दा कीर्तन कर रहे ने मर्यादा गुरु दी देखो मर्यादा भंग नहीं होण दित्ती ते मैनूं खिमा करके कहिण देणा सिखो एक पासे आसा की वार दा कीर्तन हो रहा हुंदा है असी उत्थे ना बैठ के वक्रे वक्रे कमरिया विच बैठ के किते गुरु गोबिंद सिंह महाराज नूं पिट तां नहीं दे रहे असी सतगुरु की इस मर्यादा की पालना करिए कि असी आसा की वार दा कीर्तन गुरु के कोल बैठ के सुनिए इस तो वड्डी दात कोई नहीं एक गुरमत है गुरु मर्यादा है सर महाराज इत्थों फिर पट्ठा साहब पट्ठा साहब तो फिर यह जगह है गुरुद्वारा पट्ठा साहब संगत रात पहरे लग गए हर पासे फौजा पिछे चढ़िया आउंदियां ने इसे जगह ते कोटला निहंग खां भाई बचित्र सिंह जी किसी के घर ठहरे जख्मी होए ते फिर शुरू होया यह बुद्धी चंद है गुरु घर का प्रेमी देखो सारे संसार के हकों लई लड़न वाला गुरु नानक का घर ते बुद्धी चंद का भरा कहिंदा हुकूमत मार देगी बुद्धी चंद कहिंदा जिहड़ा न्यासरिया नूं आसरा देंदा मैं अपनी हवेली उस गुरु नूं जरूर देनी है नमस्कार कीती 40 कु सिख सतगुरु महाराज के नाल ने कई दिनों के भुखण भाणे सिख ने सतगुरु महाराज नूं ठहरा के प्रशादा तैयार किया ऐ संगत तो चमकौर की गढ़ी है मैं कुछ गल्लां करदा चला आप जी दे नाल मैनूं खिमा करके कह देना सिखां ने कार सेवा नहीं कीती मैनूं माफ कर देना जे तुहानूं कोई गल चुभवीं लगे असीं सरकार सेवा कीती है असीं अपने धार्मिक स्थान मिटा दिते धार्मिक इमारतां मिटा दित्तियां मैं फस्ट टाइम जदों यूके दे विच आया 2004 दे विच ते मैं लंडन ब्रिज ते गया ते राणी दा महल तुहानूं पता कदों दा बणिया 1360-65 दे तकरीबन बणिया 1300 1469 विच गुरु नानक साहिब महाराज दा प्रकाश हुंदा है 100 साल पहलों तक की अमानत इन्हां सांभ के रखी ते असीं 300-400 साल पुराने गुरुद्वारे नहीं सांभ सके साडी हालत है मैं चमकौर साहिब पिछले साल गया ते जदों मैं इह तस्वीर दा कंपैरिजन कीता ते मेरा मन रोया कि आउण वाले बच्चे संगे मरमर देखणगे आउण वाले बच्चे चमकौर साहिब दे गुरुद्वारे नूं आम गुरुद्वारे दे रूप च देखणगे मेरे मन की एक इच्छा है सुपना है संगत तुहाडे चों कोई पूरा कर सके तो मैं कुर्बान जावां चमकौर की गढ़ी नूं फिर उस तरह की चमकौर की गढ़ी बना के संगत सामने रखांगे आउण वालियां पीढ़ियां नूं दसांगे कि यह चमकौर की गढ़ी है जिथे दुनिया के सब तो वड्डी जंग लड़ी गई जिहड़ी जंग 40 दे विच ते 10 लख दे विच लड़ी गई सी आउण वालियां पीढ़ियां सिख जरूर बन जाणगियां यह सुपना अपने बच्चों दे के जायो जे ना पूरा कर सके ये चमकौर की गढ़ी चेते रखियो ऐसी असली गढ़ी पुराना गुरुद्वारा उदों तो उन्होंने इस तो बस्तूर कर दिती पर जदों भी सिखां नूं होश आई थोड़े संभले ऐ उन्होंने बनाई जगह ते उसे तरह की चमकौर की गढ़ी सिरजनी है
अज एक भी गुरु नाल बचन करके जाना। साका शुरू होया चमकौर दा, रात गुरुदेव ठहरे। कई दिनों की जंग तो बाद बिना किसी आराम दे सिखा ने कुछ ने प्रशादा छकिया, कुछ पहरा देन लग पे। दुश्मन 10 लाख की गिनती विच है बाहर। सानू माड़ी जी मुश्किल आवे तो साड़ी की हालत होंदी है? अल्लाह यार खां जोगी लिखदा है, वह कहिंदा धन गुरु गोबिंद सिंह महाराज नूं मैं देखदा अपनी भावना की दृष्टि नाल। ते कहिंदा महाराज ने सारियां दियां ड्यूटियां ला दित्तियां भी कुछ सौ जाओ ते कुछ पहरा दिओ। ते कहिंदा सतगुरु की कर रहे ने, कहिंदा गोबिंद भी शाबाज हुए खेमे में जाकर, देखा तो वहां बैठे हैं गर्दन को झुका कर। कि चिंता सी मेरे दो पुत्र किथे चले गए, कि चिंता सी मेरी माता किथे, मेरे महल किथे, कि चिंता है कि सवेरे खत्म हो जावांगे। नहीं, अज गुरु दी दात लेके जाओ परमेश्वर दा चिंतन। कहन लगे गोबिंद भी शाबाश हुए खेमे में जाकर, देखा तो वहां बैठे हैं गर्दन को झुका कर। वाहे गुरु था मुंह से निकलता, है तू ही तू, है तू ही तू था मुंह से निकलता। बोले सो निहाल। गुरु ने वाहे गुरु दे गुणा नु याद करन दी जांच दसी। जे चमकौर दी गड़ी च गुरु चेते आउंदा, गुरु ने सानू इह जांच दसी भी सिखो जिस हाल च भी होवो, जां सुख देहे ता तुझे अराधी, दुख भी तुझे तिहाई, जां भुख देहे ता इत ही राजा, दुख विच सुख मनाई। इन द एवरी सिचुएशन ऑफ माई लाइफ आई रिमेंबर ओ माई गॉड ओ माई क्रिएटर। साहब सतगुरु दे बारे च कह लगे, जब डेढ़ रात गुजरी जिक्रे खुदा में, खेमे से निकल आए सरदार हवा में, कदमों से टहलते थे मगर दिल था दुआ में, करतार से कहते थे गोया रूबरू होकर। वाहिगुरु दे नाल बचन कर रहे ने, कोई उलामा नहीं, क्योंकि बाणी कहिंदी है मारे, कहिंदे उलाहणो मैं काहू ना दियो। कुछ भी हो जाए जिंदगी च, मारे कह लगे करतार से कहते थे गोया रूबरू होकर, कल जाऊंगा चमकौर से मैं सुरखरू होकर। मैं तेरा, मेरे बच्चे हैं तेरे, जिस हाल में रखे वो हाल है अच्छा। कह लगे वाहिगुरु ये तेरे बच्चे ने मेरे नहीं, ते जे तेरे ने ते फिर तेरा तुझको सौंपते क्या लागे मेरा। पर गल साहब सतगुरु उन्हां सिखां दे अल्लाह यार खां जोगी लिखदा है भई महाराज उन्हां सिखां तो कुर्बान जांदे ने जिहड़े सच दे वास्ते लड़न वास्ते जान मारन वास्ते आए ने। उह कहिंदा मैं देखदा गुरु गोबिंद सिंह महाराज अपने सिखां दे सरोपे ठीक करदे ने, घोड़ियां दीआं काठियां सराहणे वजों देंदे ने, उन्हां दे हथ देखदे ने लड़दिआं लड़दिआं जख्मी होए। ते कहिंदा गुरु गोबिंद सिंह महाराज अपने सिखां नूं कलावे च लैंदा ते कदी कदी उन्हां दे पैर भी कुट देंदा। उन्हां नूं महाराज कहिंदे ने गुरसिखां की हर धूड़ दे, हम पापी पीगत पाहे। ते जे अज दे समें विच सच वास्ते कोई लड़ रहा है ते उह ढूंढ के उहदे नाल तुर पैणा साडा भी फर्ज बणदा है। सुबह होई, नगारे ते चोटां वजियां। साहिब सतगुरु महाराज 40 सिखां नूं समझ के सोचदा दुश्मन भी असी ते 10 लाखां, असी ते इन्हां नूं हुणे गिरफ्तार कर लेना है। पर उस चमकौर दी गड़ी चो ऐसी व्योंत गुरुदेव ने घड़ी सी, एक दुनाली बंदूक भाई साहिब भाई दया सिंह कोल है, एक सतगुरु कोल है, ते चारे दिशावां विच इस तरह लाइयां ने। ज्यों ही दुश्मन नेड़े आया, तीरां दी वरखा, बंदूकां दीआं गोलियां ने दुश्मनां दीआं लाशां दे ढेर ला दित्ते। दुश्मन पिछां नूं भज पिया, इक वारी भी हो की गया। पता क्यों? क्योंकि वह गुरु नूं सीस दे चुके सन, सीस अपना नहीं सी। जे अपना होवे ते सोचे भी मैं ते दोहां दा मुकाबला नहीं करदा, पर जदो गुरु दा हो जाए ते फिर गुरु कहिंदा 1.25 लाख से एक लड़ाऊं, तवै गोबिंद सिंह नाम कहाऊं। नेड़े आए बड़ियां व्योंतां घड़ के, पे असीं पौड़ी ला के गुरु गोबिंद सिंह महाराज जी नूं गिरफ्तार कर लेना है। सब तो पहला नार खां जरनैल जदो पौड़ी ला के चढ़िया, इन्हें गुरु गोबिंद सिंह महाराज वल वेख्या ते महाराज ने मुस्कुरा के एक तीर इस नूं रसीद कीता, पुआंटणी खा के अपनी पौड़ी समेत जमीन ते डिजा डिगा। यह पहला तीर गुरु कलगीधर पिता दा चमकौर दी गड़ी दे विच है। दूसरा जरनैल अगे वध्या ते इस गणी खां नूं गुरु गोबिंद सिंह महाराज ने ऐसा गुरज मारिया, इहदा सिर जिहड़ा सी ओह चाटी हुंदी दही वाली जिस तरां ओह टुटदी है, इस तरां दा सिर सारे पासे खिलर गया। ते इह है ख्वाजा मरदूद, जफरनामे च इहदी गल आउंदी, कहिंदे ख्वाजा महदूद नहीं, ख्वाजा मरदूद कायर, जिहड़ा डर के भज गया। जे किते सामने आउंदा ते इक तीर इस नूं वी रसीद कर देना सी।
साहब की जंग देखो, साहब महाराज खलोते ने। मैं इतने गल करता चला, गुरु गोबिंद सिंह महाराज वर्गा शांति वाला शख्स तुहानू संसार च नहीं मिलेगा। आनंदपुर अपना घर सी खरीदया होया, जे दुश्मन ने कहा छड़ दो ते छड़ दिता, लड़ाई नहीं कीती। सरसा नदी ते वादे तोड़ के दुश्मन लड़िया, गुरदेव लड़ाई नू रोक दे ले, लड़ाई नहीं लड़ी। चमकौर दी गढ़ी च आ गए, 40 सिख भुखण भाणे, प्रशादा खान नू मिलिया ते 10 लाख ने फिर घेरा पा दिता। ते फिर सतगुरु ने सानू एक गल दस दिती, कहन लगे ख्याल रखियो जदों जीवन दे सारे हीले वसीले खत्म हो जाण, पहलों प्यार सत्कार विचार समझौता बहुत सारिया गल्लां ने कि दुश्मन नू कहो भी रुक जा, जे किसी हाल च ना रुके ते फिर एक सिद्धांत तुरिया आउंदा है, चूंकार अजहमा हिलते दर गुजश हलाल अस्ते बुरदन बा शमशीरे दस्त, फिर सूरा सो पहचानी है जो लरै दीन कह हेत, पुरजा पुरजा कट मरै कबू न छाडै खेत। ते सतगुरु कहिंदे ने हुण समा आ गया सिखो, भी जिहड़ी गल कही सी 1.25 लाख से एक लड़ाऊं वह पूरी करन दा समा है। गुरदेव सतगुरु का भेलिया भेजा होया पहला जथा दुश्मना ते जा पिया, चमकौर की गढ़ी के दरवाजे खुलते ने, जंग की व्योत देखो 5 जाने ने, ते अगे 10 लाख की भीड़ खड़ी है। जिहड़ी ये गल दिसदी है कि भलियो असी लड़ना नहीं सी चाहते, असी तो सच नाल जीवना चाहते सी, लड़न लई जे मजबूर किया ते हुण खालसे दे दो हथ भी देख लो। साहब सतगुरु महाराज जी का खालसा लड़िया, तेगा वंदा होया। असी अरदास चेते करते हैं ना, जिन्ना देग वाई तेग वाई, देख के अंडिट कीता, तिन्ना प्यारिया सच्यारे की कमाई का ध्यान धर के बोलो जी ए लड़दे जी चमकौर की गढ़ी विच। ते अज दे साडे अपने डेरिया की लड़ाई विच गुरु ग्रंथ साहिब महाराज के अस्थाना ते 10,000 केस इस वेले हाईकोर्ट च पिया, गुरुद्वारे के कब्जियां नूं लैके, डेरिया के कब्जियां नूं लैके। उन्हां दा ध्यान नहीं, ध्यान ते इन्हां दा धरना सी ना, जिहड़े धर्महेत सीस देंदे ने। साहिब सतगुरु महाराज जी दे खालसे चले, मैदाने जंग विच लड़दियां लड़दियां आहू लाउंदे दुश्मनां दे। साहिब दस रहे ने देखो भाई दया सिंह मेरे खालसे लड़दे ने। सिखां ने भाई दया सिंह ने एक गल कही, कहण लगे सतगुरु नूं जाके कहो साडे वल्लों भई अपने साहिबजादियां नूं लैण ते निकल जाण। भाई दया सिंह कहण लगे सतगुरु मैं एक बेनती करां ਤੇ ਤੁਸੀਂ ਦੋਵੇਂ ਸਾਹਿਬਜ਼ਾਦੇ ਨੂੰ ਲੈ ਕੇ ਚਲੇ ਜਾਓ। ਸਾਹਿਬ ਨੇ ਗੱਲ ਨਹੀਂ ਗੌਲੀ, ਫਿਰ ਦੁਬਾਰਾ ਕਿਹਾ। ਮਹਾਰਾਜ ਨੇ ਕਲਾ ਵਿੱਚ ਲਿਆ ਭਾਈ ਦਇਆ ਸਿੰਘ ਨੂੰ, ਕਹਿ ਲਏ ਕਿ ਦਇਆ ਸਿੰਘ ਇੱਕ ਗੱਲ ਦੱਸੋ, ਜਿਸ ਦਿਨ ਦਾ ਤੁਸੀਂ ਅੰਮ੍ਰਿਤ ਪਾਣ ਕਰਕੇ ਮੇਰੇ ਪੁੱਤਰ ਬਣੇ ਹੋ, ਮੇਰੇ ਪਿਆਰੇ ਬਣੇ ਹੋ, ਮੈਂ ਤੁਹਾਡੇ ਵਿੱਚ ਤੇ ਅਜੀਤ ਸਿੰਘ 'ਚ ਕੋਈ ਫਰਕ ਸਮਝਿਆ? ਭਾਈ ਦਇਆ ਸਿੰਘ ਦੇ ਅੱਖਾਂ ਵਿੱਚ ਨੇਤਰ ਆ ਕੇ ਕਹਿਣ ਲੱਗੇ, ਨਹੀਂ ਸਤਿਗੁਰੂ, ਕਦੀ ਵੀ ਫਰਕ ਨਹੀਂ ਸਮਝਿਆ, ਪੁੱਤਰਾਂ ਤੋਂ ਵੱਧ ਸਮਝਿਆ। ਤੇ ਮਹਾਰਾਜ ਕਹਿਣ ਲੱਗੇ, ਦਇਆ ਸਿੰਘ ਦੱਸ ਫਿਰ ਅੱਜ ਕਿਹੜਾ ਪੁੱਤਰ ਛੱਡ ਕੇ ਜਾਵਾਂ ਤੇ ਕਿਹੜਾ ਲੈ ਕੇ ਜਾਵਾਂ? ਮੈਨੂੰ ਤਾਂ ਤੁਸੀਂ ਸਾਰੇ ਅਜੀਤ ਨਜ਼ਰ ਆਉਂਦੇ ਹੋ, ਮੈਨੂੰ ਤਾਂ ਤੁਸੀਂ ਸਾਰੇ ਜੁਝਾਰ ਨਜ਼ਰ ਆਉਂਦੇ ਹੋ। ਦੱਸ, ਅੱਜ ਵੀ ਗੁਰੂ ਦੀ ਦ੍ਰਿਸ਼ਟੀ 'ਚ ਅਸੀਂ ਇੱਕ, ਅਸੀਂ ਵੰਡੀਆਂ ਪਾਈਆਂ, ਗੁਰੂ ਦੀ ਦ੍ਰਿਸ਼ਟੀ ਇੱਕੋ ਹੀ ਹੈ, ਸਤਿਗੁਰ ਪੁਰਖ ਨਿਰਵੈਰ ਹੈ, ਅਸੀਂ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਇੱਕ ਦੂਜੇ ਨਾਲ ਲੜਨਾ ਸਿੱਖ ਲਿਆ, ਸਾਡੇ ਕੱਪੜਿਆਂ ਦੇ ਸਾਡੇ ਦਸਤਾਰਾਂ ਦੇ ਬੰਦੇਜ ਦੇ ਵਖਰੇਵਿਆਂ ਕਰਕੇ ਅਸੀਂ ਵੱਖਰੇ ਹੋ ਗਏ। ਪਰ ਗੁਰੂ ਉਸ ਨੂੰ ਪ੍ਰਵਾਨ ਕਰਦਾ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ, ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ, ਜਿਹੜਾ ਸਤਿਗੁਰੂ ਜੀ ਦੇ ਸ਼ਬਦ ਨੂੰ ਸੁਰਤ ਵਿੱਚ ਵਸਾਏਗਾ ਉਹ ਕੋਈ ਵੀ ਹੋਵੇ ਗੁਰੂ ਦੇ ਦਰ ਤੇ ਉਸਨੂੰ ਮਾਣ ਮਿਲੇਗਾ, ਅਸੀਂ ਭਾਵੇਂ ਧੱਕੇ ਦੇ ਕੇ ਉਹਨੂੰ ਤੋਰ ਦਈਏ। ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਿਖਾਉਂਦੇ ਨੇ। ਫਿਰ ਸਾਹਿਬ ਜਦਾ ਅਜੀਤ ਸਿੰਘ ਆ ਗਿਆ, ਸਾਹਿਬ ਸਤਿਗੁਰੂ ਮਹਾਰਾਜ ਤਿਆਰ ਕਰਦੇ ਨੇ, ਕਿੰਨੀ ਕੁ ਪਿਆਰੀ ਉਹ ਜੰਗ ਹੋਵੇਗੀ ਜਿੱਥੇ ਗੁਰੂ ਪਿਤਾ ਆਪਣੇ ਪੁੱਤਰਾਂ ਨੂੰ ਤੋ ਰਹੇ ਨੇ, ਤਿਆਰ ਕਰਕੇ ਸ਼ਸਤਰ ਸਜਾ ਰਹੇ ਨੇ। ਤੇ ਸਾਹਿਬ ਕਹਿਣ ਲੱਗੇ, ਅਜੀਤ ਸਿੰਘ ਜਿਸ ਦਿਨ ਤੇਰਾ ਜਨਮ ਹੋਇਆ ਸੀ ਅਸੀਂ ਪੰਘਾਣੀ ਦਾ ਯੁੱਧ ਜਿੱਤਿਆ ਸੀ ਤੇ ਤੇਰਾ ਨਾਮ ਅਜੀਤ ਸਿੰਘ ਰੱਖਿਆ ਸੀ, ਕਿਤੇ ਹਰ ਕੇ ਤੇ ਨਹੀਂ ਆ ਜਾਏਗਾ? ਤੇ ਉਦੋਂ ਫਿਰ ਸਾਹਿਬ ਜਦਾ ਅਜੀਤ ਸਿੰਘ ਕਹਿੰਦੇ ਨੇ, ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਜੀਤਾ ਗਿਆ ਤੋ ਯੁੱਧ ਸੇ ਵਾਪਸ ਨਾ ਆਊਂਗਾ। ਸਾਹਿਬ ਸਤਿਗੁਰੂ ਮਹਾਰਾਜ ਤਿਆਰ ਕਰਦੇ ਨੇ, ਸ਼ਸਤਰ ਸਜਾਉਂਦੇ ਨੇ। ਤੇ ਉਦੋਂ ਸਾਹਿਬਜ਼ਾਦਾ ਅਜੀਤ ਸਿੰਘ ਬੀਰ ਰਸ ਦੇ ਵਿੱਚ ਇੱਕ ਗੱਲ ਕਹਿੰਦੇ ਨੇ, ਕਹਿੰਦੇ ਨੇ, ਏਕ ਏਕੋ ਦਰ ਲੂੰਗਾ ਸ਼ਮਸ਼ੀਰ ਕੇ ਆਗੇ, ਰੱਖ ਦੂੰਗਾ ਦਿਲੋ ਜਾਨ ਚੀਨਾ ਸੀਨਾ ਚੀਰ ਕੇ ਆਗੇ, ਪਹਿਲੇ ਜੇ ਦੁਨੀਆ ਜੁਗਤੀ ਸੀ ਤਕਦੀਰ ਕੇ ਆਗੇ। ਮੰਦਰਾਂ ਵਿੱਚ ਜਾ ਕੇ ਪੀਰਾਂ ਦੇ ਅੱਗੇ ਝੁਕ ਝੁਕ ਕੇ ਕਹਿੰਦੇ ਸਨ ਸਾਨੂੰ ਬਚਾ ਲਓ, ਕਹਿਣ ਲੱਗੇ ਪਹਿਲੇ ਜੇ ਦੁਨੀਆ ਜੁਗਤੀ ਸੀ ਤਕਦੀਰ ਕੇ ਆਗੇ,
अब तकदीर भी झुकेगी मेरी शमशीर के आगे। बोले सो निहाल। कहते ऐसी शमशीर गुरुदेव सतगुरु महाराज को लेके तुरे, सतगुरु सच्चे पातशाह महाराज ने तोरिया, ते साहिब गुरु कलगीधर पिता दा पुत्र भाई मुकम सिंह दे नाल प्यारे जी दे नाल जदों निकले, ते फिर मैदाने जंग विच जयकारे छड़दे होए अपने तीरां दी वरखा कीती, तीर खत्म होए दुश्मन नूं नेजे नाल परोया, क्योंकि मोहे मरने का चाओ है। जिन्ना चिर मरना नहीं आउंदा दुनिया की कोई कौम जीवना नहीं जे सिख सकदी। इस करके मौत दा डर ला के जीवन छड़ के गुरु दे रस्ते ते चलना। ते महाराज कहिंदे जो तो प्रेम खेलन का चाओ, सिर धर तली गली मेरी आओ, इत मार्ग पैर धरी जै सिर दीजे कारण कीजै। ए सिर फिर गुरु दा हो जांदा जी। मैनूं इक सिंह दी गल चेते आई, कहन लगा किन्नी भावना नाल माया भेट करदे आ ते माया गुरु दी हो जांदी है। कहन लगा किते प्यारिया सीस भी भावना नाल भेट करे अगे रखे ते सीस भी गुरु दा ही हो जांदा है। पर असीं सीस रख के लैके मुकर जाने आ भी ये सीस ते हुण नाई दी कुर्सी ते जाएगा, ये सीस ते हुण शराब दीआं बोतलां च जाएगा। गुरु ग्रंथ साहिब अगे झुकिया होया सीस जदों किसे मनुख दे अगे झुकदा ते भाई गुरदास जी कहिंदे ने सतगुर साहिब छड के मनमुख होए बंदे दा बंदा। इस दर ते झुकिया होया सीस, ये गल शायर कहिंदा, कहिंदा जिस दर पे सर ना झुके उसे दर नहीं कहते, हर दर पे जो झुक जाए उसे सर नहीं कहते। इसनूं सर बनाउणा सी। साहिबजादा अजीत सिंह लड़दे ने मैदाने जंग विच दुश्मनां दे आउ लाउंदे ने, ते लाउंदिआं लाउंदिआं शस्त्रां दे नाल लड़दिआं लड़दिआं एक नेजा साहिबजादा अजीत सिंह दी हिक विच आण के वज्जिआ, दुश्मन ने खिच्चिआ ते आंदरां बाहर आ गईआं। साहिब गुरु कलगीधर पिता उपर ममटी ते बैठे ने कि बीती किते दूजिआं नाल कंपैरिजन ते करो जिन्हां दे मगर लगे आ। रामचंद्र जी महलां चों निकले 14 साल दा बनवास लै के, उहनां दे पिता दशरथ देखदे ने अखां तो ओले होए ते अपने महलां तो छाल मार के आत्महत्या कर ली, मैं पुत्र दा विछोड़ा नहीं सह सकदा। पर धन गुरु गोबिंद सिंह महाराज ने जदों अपने पुत्र नूं शहादत पाउंदिआं देखिआ ते बड़ी उच्ची आवाज़ विच जयकारा छड के चढ़दी कला दा दिखावा कीता मेरे सतगुरु ने, चढ़दी कला दर्शाई दुनिया नूं। ते फिर उदों महाराज ने बड़ी खुशी दे घर विच आण के कहा, कहि लगे वाह दुश्मनां दे आहू लाउण वाले, सैकड़िआं दीआं लाशां विछाउण वाले, मेरे पुत्र मेरे लगते जिगर, वाह खूब पिसर दलेरी से लड़े हो, क्यों ना लड़ो। गुरु कहिंदा मेरे पुत्रा तेनू शाबाश, तेरे तो कुर्बान, वाह खूब पिसर दलेरी से लड़े हो, क्यों ना लड़ो, गोबिंद के फरजंद बड़े हो, तू ते मेरा वड्डा पुत्र लड़दा क्यों ना। जो ये गल हुई साहिबजादा अजीत सिंह मैदाने जंग च शहादत प्राप्त करते ने, ते साहिब गुरुदेव सतगुरु दे कोल हुण साहिबजादा जुझार सिंह जी आ पहुंचे ने। ते सतगुरु नूं कहिंदे ने गुरदेव पिता जी जदों दा मैं जन्म लिया ना मैं भरा तो बिना रहा ही नहीं, वड्डे वीर अजीत सिंह तो बिना मैं जिया ही नहीं, असी खाना भी कट्ठे खाधा, शस्त्र विद्या दा अभ्यास भी कट्ठे कीता, पिता तेरी गोद विच भी कट्ठे बैठे, अज ते बाई से बिछड़ कर हमें जीना नहीं आता, खाना नहीं पीना नहीं मरना नहीं भाता। कह लगे गुरु पिता जी मैनू भी असीस बख्शो, मैं भी जाना चाहना। 18 साल का वड्डा ते 16 साल का छोटा, कितने सोचियो साढ़े पुत्र नूं माड़ा जिहा कट लग जाए ना ते असी पागल होण तक जांदे आ। जिस गुरु पिता का एक पुत्र मैदाने जंग च शहीद होया पिया ते दूसरा पुछ रहा है मैनूं आग्या बख्शो, ते गुरदेव कहन लगे ले दे के तुम इथे मेरे गुलशन के खवैया, सर भेंट करो तां के चले धर्म की नैया, है ख्वाहिश के रण में तेग तुझे चलाते हुए देखें, के आंख से बरशी तुम्हें खाते हुए देखे। मेरी इच्छा है मेरे पुत्र मैं तेनू सीने विच शस्त्र खा के पिट दिखा के नहीं, हरिमंदर साहब चो हाथ खड़े करके नहीं, मैं चाहना कि तू मेरा पुत्र होवे ते सीने विच तीर खावे ते मैनू लगे मेरा पुत्र शहीद होया। क्योंकि गुरु ग्रंथ साहिब महाराज ने मरण मुनसा सूर्या हक है, जे होए मरण परवाणो, जो सच दे वास्ते लड़दा गुरुदेव कहिंदे अकाल पुरख दे दर ते परवान हुंदा है, ते सच करके जूझना ही ते गुरु ने सिखाया सी। पर मैनू खिमा करना इस कंपाउंड तो बाहर असी सच नू लैके तुरे ही नहीं, जे तुरे हुंदे ते अज अद्धा संसार साहिबजादियां दा शहीदी पुरब मनाउंदा हुंदा ना, कि सिख भी क्रिसमस मनाउंदे हुंदे। लैके तुरना सी शहादत नू, सीने विच अग लैके तुरनी सी इस नू। साहिब सतगुरु महाराज दा छोटा पुत्र जदों तुरिया ते साहिब सतगुरु महाराज उस नू छोटे छोटे शस्त्र सजाउंदे ने। साहिब सतगुरु महाराज का पुत्र जदों मैदाने जंग विच लड़दा है
ਤੇ ਫਿਰ ਦੁਸ਼ਮਣ ਵੀ ਕਹਿ ਉੱਠਦਾ ਕਹਿੰਦਾ ਬਚ ਬਚ ਕੇ ਲੜੋ ਕਲਗੀਆਂ ਵਾਲੇ ਕੇ ਪਿਸਰ ਸੇ ਜੇ ਨੀਮ ਚਾ ਲਾਏ ਹੈ ਗੁਰੂ ਜੀ ਕੀ ਕਮਰ ਸੇ ਦਸ ਬੀਸ ਕੋ ਜ਼ਖਮੀ ਕੀਆ ਦਸ ਬੀਸ ਕੋ ਮਾਰਾ 16 ਸਾਲ ਦਾ ਨੌਜਵਾਨ ਤੇ 10 ਲੱਖ ਦਾ ਮੁਕਾਬਲਾ ਕਰਨ ਨਿਕਲਿਆ ਜਿੱਧਰ ਨੂੰ ਵਧਦਾ ਲਾਸ਼ਾਂ ਦੇ ਢੇਰ ਲਾ ਦਿੰਦਾ ਅੱਲਾ ਯਾਰ ਖਾਂ ਜੋਗੀ ਕਹਿੰਦਾ ਦਸ ਬੀਸ ਕੋ ਜ਼ਖਮੀ ਕੀਆ ਦਸ ਬੀਸ ਕੋ ਮਾਰਾ ਇੱਕ ਹਮਲੇ ਮੇ ਇੱਕ ਏਕ ਨੇ 21 ਕੋ ਮਾਰਾ ਅਬਲੀਕ ਕੋ ਮਾਰਾ ਕਭੀ ਖਬਲੀਸ ਕੋ ਮਾਰਾ ਗੁਲ ਮਚ ਗਿਆ ਇੱਕ ਤਿਫਲ ਨੇ 21 ਕੋ ਮਾਰਾ ਜਦੋਂ ਇੱਕ ਪਾਸੇ ਨੂੰ ਜਾਂਦਾ ਤੇ 20-20-30-30 ਲਾਸ਼ਾਂ ਦਾ ਢੇਰ ਹੀ ਲੱਗ ਜਾਂਦਾ ਤੇ ਦੁਸ਼ਮਣ ਕਹਿੰਦਾ ਤਾਂ ਛੋਟਾ ਬੱਚਾ ਸੀ ਹੁਣ ਉਹ ਦੁਸ਼ਮਣ ਕਹਿ ਰਿਹਾ ਬਚ ਬਚ ਕੇ ਲੜੋ ਕਲਗੀਆਂ ਵਾਲੇ ਕੇ ਪਿਸਰ ਸੇ ਜੇ ਨੀਮ ਚਾ ਲਾਏ ਹੈ ਗੁਰੂ ਜੀ ਕੀ ਕਬਰ ਸੇ ਕਹਿੰਦਾ ਆਪਣੇ ਪਿਤਾ ਗੁਰੂ ਦੀ ਕਿਰਪਾਨ ਲੈ ਕੇ ਆਇਆ ਤੇ ਇਹਦੇ ਕੋਲੋਂ ਬਚ ਕੇ ਲੜੋ ਉਮਰ ਭਾਵੇਂ ਛੋਟੀ ਹੈ ਪਰ ਪਿੱਛੇ ਬਖਸ਼ਿਸ਼ ਅਕਾਲ ਪੁਰਖ ਵਾਹਿਗੁਰੂ ਦੀ ਕੰਮ ਕਰ ਰਹੀ ਹੈ ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਇੱਕ ਅਕਾਲ ਪੁਰਖ ਤੇ ਇੱਕ ਸਤਿਗੁਰੂ ਤੋਂ ਬਿਨਾਂ ਖਾਲਸਾ ਕਿਸੇ ਨੂੰ ਨਹੀਂ ਮੰਨਦਾ ਸਾਹਿਬ ਕਹਿਣ ਲੱਗੇ ਭਰਮ ਭੇਖ ਤੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ ਅਸੀਂ ਉਹ ਖਾਲਸੇ ਬਣ ਕੇ ਆਪਣਾ ਜੀਵਨ ਬਤੀਤ ਕਰਨਾ ਜਿਹੜੇ ਖਾਲਸਿਆਂ ਵਾਲਾ ਜੀਵਨ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਬਤੀਤ ਕੀਤਾ ਤੇ ਅੱਜ ਜਦੋਂ ਉਹ ਸਾਹਿਬਜ਼ਾਦਾ ਜੁਝਾਰ ਸਿੰਘ ਮੈਦਾਨੇ ਜੰਗ ਵਿੱਚ ਲੜਦਾ ਲੜਦਾ ਅੱਗੇ ਵੱਧਦਾ ਵਜ਼ੀਰ ਖਾਂ ਕਹਿੰਦਾ ਹੈ ਮੈਂ ਤੇ ਸੁਣਿਆ ਸੀ ਲੋਕਾਂ ਦੇ ਪੁੱਤ ਮਰਵਾਏ ਜਾਂਦੇ ਨੇ ਇੱਕ ਐਸਾ ਗੁਰੂ ਹੈ ਆਪਣੇ ਪੁੱਤਰਾਂ ਨੂੰ ਕੁਰਬਾਨ ਕਰਵਾ ਰਿਹਾ ਹੈ ਕਹਿੰਦਾ ਛੇਤੀ ਇਸ ਨੂੰ ਖਤਮ ਕਰੋ ਜਦੋਂ ਕੱਠਿਆਂ ਨੇ ਹਮਲਾ ਕੀਤਾ ਦੁਸ਼ਮਣਾਂ ਨੇ ਤੀਰਾਂ ਦੀ ਵਰਖਾ ਕੀਤੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਗੁਰਕਲਗੀਧਰ ਪਿਤਾ ਨੇ ਫਿਰ ਜਕਾਰਾ ਛੱਡਿਆ ਤੇ ਸਾਹਿਬ ਨੇ ਹੱਥ ਜੋੜ ਕੇ ਇੱਕ ਬੇਨਤੀ ਕੀਤੀ ਕਹਿਣ ਲੱਗੇ ਮੁਝਸੇ ਆਜ ਮੇਰੀ ਅਮਾਨਤ ਅਦਾ ਹੋਈ ਅਸੀਂ ਜਿਸ ਦਿਨ ਲਿਆ ਸੀ ਨਾ ਆਪਣਾ ਪੁੱਤਰ ਅਸੀਂ ਕਿਹਾ ਸੀ ਗੁਰੂ ਤੇਰੇ ਦਰ ਤੋਂ ਲਿਆ ਤੁਹਾਨੂੰ ਚੇਤੇ ਹੋਵੇਗਾ ਅਰਦਾਸ ਵੀ ਕਰਾਈ ਹੋਵੇਗੀ ਸ਼ੁਕਰਾਨਾ ਵੀ ਕਰਾਇਆ ਹੋਵੇਗਾ ਅਖੰਡ ਪਾਠ ਵੀ ਕੀਤਾ ਹੋਵੇਗਾ ਤੇਰਾ ਜੇ ਇਹਦਾ ਸੀ ਤੇ ਫਿਰ ਸਾਡੇ ਬੱਚਿਆਂ ਦੀ ਸ਼ਕਲ ਅਜੀਤ ਸਿੰਘ ਨਾਲ ਕਿਉਂ ਨਹੀਂ ਮਿਲਦੀ ਸਾਡੀ ਸ਼ਕਲ ਜੁਝਾਰ ਸਿੰਘ ਨਾਲ ਕਿਉਂ ਨਹੀਂ ਮਿਲਦੀ ਸਾਡੀ ਸ਼ਕਲ ਉਹਦੇ ਨਾਲ ਕਿਉਂ ਮਿਲਦੀ ਹੈ ਜਿਹੜਾ ਗੁਰੂ ਨਾਨਕ ਦੇ ਘਰ ਨੂੰ ਖਤਮ ਕਰਨਾ ਚਾਹੁੰਦਾ ਹੈ ਕਦੇ ਖਿਆਲ ਕਰਨਾ ਅਸੀਂ ਅਰਦਾਸ ਕੀਤੀ ਸੀ ਇਹ ਗੁਰੂ ਦਾ ਹੈ ਸਾਡੇ ਮਾਂ ਬਾਪ ਨੇ ਅਰਦਾਸ ਕੀਤੀ ਸੀ ਇਹ ਗੁਰੂ ਦਾ ਹੈ ਉਸ ਅਰਦਾਸ ਦੀ ਲਾਜ ਰੱਖਿਓ ਤੇ ਆਪਣੀਆਂ ਸ਼ਕਲਾਂ ਤੇ ਦਸਤਾਰਾਂ ਜਿਹੜੀਆਂ ਨੇ ਉਹ ਗੁਰੂ ਵਾਲੀਆਂ ਬਣਾਇਓ ਨਾ ਕਿ ਮਨਮੁੱਖਾਂ ਵਾਲੀਆਂ ਅੰਦਰ ਸੋਚ ਗੁਰੂ ਦੀ ਹੋਵੇ ਬਾਹਰ ਸਰੂਪ ਵੀ ਗੁਰੂ ਦਾ ਹੋਵੇ ਤੇ ਫਿਰ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਭਲਿਆ ਜਦੋਂ ਤੂੰ ਅੰਦਰੋਂ ਸਚਿਆਰ ਤੇ ਬਾਹਰੋਂ ਸਚਿਆਰ ਹੋ ਜਾਏਗਾ ਫਿਰ ਮੈਂ ਤੇਰੇ ਚਰਨਾਂ ਦੀ ਧੂੜ ਮੰਗਾਂਗਾ ਅੱਜ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹਾਦਤ ਪਾ ਗਿਆ ਜਦ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਸੀ ਤੇਰਾ ਉਹਨੂੰ ਉਂਗਲੀ ਲਾ ਕੇ ਲੈ ਗਿਆ ਸੀ ਵੀਰ ਵਡੇਰਾ ਹੱਥ ਬਨ ਬੋਲੇ ਸਤਿਗੁਰੂ ਤਨ ਭਾਣਾ ਤੇਰਾ ਪੰਥ ਵਸੇ ਮੈਂ ਉੱਜੜਾਂ ਮਨ ਚਾਓ ਕਨੇਰਾ ਕਹਿਣ ਲੱਗੇ ਕੋਈ ਗੱਲ ਨਹੀਂ ਪਰ ਜਿਹੜਾ ਪੰਥ ਸਾਜਿਆ ਵਾਹਿਗੁਰੂ ਤੇਰੀ ਰਜ਼ਾ ਵਿੱਚ ਜਿਹੜਾ ਸੱਚ ਤੇ ਚੱਲਣ ਦਾ ਇੱਕ ਮਾਰਗ ਦਿੱਤਾ ਹੈ ਖਣਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਚਾਣਾ ਇਸ ਮਾਰਗ ਤੇ ਚੱਲਣ ਵਾਲਿਆਂ ਦੀ ਗਿਣਤੀ ਨਾ ਘਟੇ ਮੈਂ ਆਪਣੇ ਪੁੱਤਰਾਂ ਨੂੰ ਤੋਰ ਦਿੱਤਾ ਹੈ ਇਸ ਸੰਸਾਰ ਦੀ ਇੱਕ ਜੰਗ ਹੈ ਜਿਹੜੀਆਂ 8 ਜੰਗਾਂ ਦੇ ਵਿੱਚੋਂ ਮਸ਼ਹੂਰ ਹੈ ਤੇ ਇੰਗਲੈਂਡ ਦੇ ਸਿਲੇਬਸ ਵਿੱਚ ਪੜ੍ਹਾਈ ਜਾਂਦੀ ਹੈ ਪਰ ਹਿੰਦੁਸਤਾਨ 'ਚ ਨਹੀਂ ਸਾਡੇ ਬੱਚਿਆਂ ਨੂੰ ਨਹੀਂ ਚੇਤੇ ਹੋਵੇਗਾ ਕੌਣ ਕਸੂਰਵਾਰ ਹੈ ਅਸੀਂ ਖੋਦੇ ਹਾਂ ਮੈਂ ਪਹਿਲੋਂ ਆਪਣੇ ਆਪ ਨੂੰ ਗਿਣਦਾ ਮੈਂ ਪ੍ਰਚਾਰਕ ਹੋਣ ਦੇ ਬਾਵਜੂਦ ਤੁਹਾਡੇ ਬੱਚਿਆਂ ਤੱਕ ਪਹੁੰਚ ਨਹੀਂ ਕੀਤੀ ਦੂਸਰੇ ਕਸੂਰਵਾਰ ਤੁਸੀਂ ਗੁਰੂ ਨਾਨਕ ਦੇ ਸਿੱਖ ਹੁੰਦਿਆਂ ਆਪਣੇ ਬੱਚਿਆਂ ਨੂੰ ਗੁਰੂ ਨਾਨਕ ਦੀ ਸਿੱਖੀ ਨਾਲ ਨਹੀਂ ਜੋੜਿਆ ਅਸੀਂ ਸਾਰੇ ਕਿਤੇ ਨਾ ਕਿਤੇ ਕਸੂਰਵਾਰ ਦੂਸਰੇ ਦਾ ਕਸੂਰ ਨਾ ਕੱਢੀਏ ਆਪਣਾ ਕਸੂਰ ਕੱਢੀਏ ਵੀ ਮੈਂ ਗੁਰੂ ਨਾਨਕ ਦੀ ਸਿੱਖੀ ਜਿਸ ਗੁਰਕਲਗੀਧਰ ਪਿਤਾ ਨੇ ਆਪਣੇ ਪਰਿਵਾਰ ਦੇ 15 ਜੀਅ ਕੁਰਬਾਨ ਕਰਕੇ ਮੈਨੂੰ ਸਿੱਖੀ ਦਿੱਤੀ ਮੈਂ ਉਸ ਗੁਰੂ ਦੀ ਸਿੱਖੀ ਨੂੰ ਆਪਣੇ ਘਰ ਵਿੱਚੋਂ ਖਤਮ ਕਰ ਦਿੱਤਾ ਸਿੱਖੀ ਦਾ ਕਾਤਲ ਕੋਈ ਦੂਸਰਾ ਨਹੀਂ ਮੈਂ ਆਪ ਦੁਸ਼ਮਣ ਨੇ ਬਿਲਕੁਲ ਭੇਜਣੇ ਨੇ ਮਸਤ ਹਾਥੀ ਪਰ ਅਸੀਂ ਉਹਨਾਂ ਦੇ ਅੱਗੇ ਨਿਉਣਾ ਨਹੀਂ ਅਸੀਂ ਸਤਿਗੁਰੂ ਦੀ ਬਾਣੀ ਦਾ ਆਸਰਾ ਲੈ ਕੇ ਮਸਤ ਹਾਥੀਆਂ ਨੂੰ ਭਜਾਉਣਾ ਅੱਜ ਇਹ ਪ੍ਰਣ ਗੁਰੂ ਕੇ ਹਜ਼ੂਰ ਵਿੱਚ ਜ਼ਰੂਰ ਕਰਕੇ ਜਾਇਓਗੇ ਸਾਹਿਬ ਸਤਿਗੁਰੂ ਮਹਾਰਾਜ ਦੇ ਪੁੱਤਰ ਨੇ ਜਦੋਂ ਸ਼ਹੀਦੀ ਪਾਈ ਤੇ ਉਹਦੀ ਸ਼ਹਾਦਤ ਤੋਂ ਬਾਅਦ ਫਿਰ ਸਤਿਗੁਰੂ ਨੇ ਸ਼ਾਮ ਦੇ ਵੇਲੇ ਫਿਰ ਇਹਨਾਂ ਜਿਹੜੇ ਜਰਨੈਲ ਬਣ ਕੇ ਆਏ ਸਨ ਸਭ ਤੋਂ ਪਹਿਲਾਂ ਜ਼ਬਰਦਸਤ ਖਾਂ ਲਾਹੌਰ ਦਾ ਜਰਨੈਲ ਚਿੱਠੀ ਬਣ ਕੇ ਤੀਰ ਮਾਰਿਆ ਜਾਨ ਨਹੀਂ ਲਈ ਤੇ ਜਦੋਂ ਤੀਰ ਦੇ ਵਿੱਚੋਂ ਨਿਕਲਿਆ ਤੇ ਸਤਿਗੁਰੂ ਕਹਿਣ ਲੱਗੇ ਵੀ ਜਿਹੜਾ ਕਸਮ ਕੁਰਾਨ ਦੀ ਖਾ ਕੇ ਮੁੱਕਰ ਜਾਵੇ ਦੋਜਖ ਦੀ ਅੱਗ ਵਿੱਚ ਸੜਦਾ ਹੈ ਇਸੇ ਤਰ੍ਹਾਂ ਅਜਮੇਰ ਚੰਦ ਨੂੰ ਸਤਿਗੁਰੂ ਜੀ ਨੇ ਤੀਰ ਮਾਰਿਆ ਤੇ ਉਹਨੂੰ ਇਹ ਗੱਲ ਕਹੀ ਭਈ ਅੱਜ ਤੁਸੀਂ ਸਾਰੇ ਖੁਦਾ ਦੇ ਘਰ ਤੋਂ ਮੁਨਕਰ ਹੋ ਗਏ ਹੋ ਬੇਮੁੱਖ ਹੋ ਗਏ ਵਜ਼ੀਰ ਖਾਂ ਨੇ ਜਦੋਂ ਘੋੜੇ ਨੂੰ ਮਾਰਿਆ ਉਹਦੇ ਘੋੜੇ ਦੇ ਵਿੱਚ ਤੀਰ ਵੱਜਾ
ਤੇ ਜਦੋਂ ਤੀਰ ਪੁੱਟਿਆ ਤੇ ਚਿੱਠੀ ਲਿਖੀ ਹੋਈ ਸੀ ਮੇਰਾ ਰਾਖਾ ਅਕਾਲ ਪੁਰਖ ਹੈ ਪਰ ਮੇਰੇ ਸਿੱਖ ਤੈਨੂੰ ਕਦੇ ਚੈਨ ਨਹੀਂ ਲੈਣ ਦੇਣਗੇ ਤੇ ਤੂੰ ਇਹ ਗੱਲ ਹਮੇਸ਼ਾ ਲਈ ਯਾਦ ਰੱਖੀ। ਤੇ ਵਾਕਈ ਸਾਹਿਬ ਦੇ ਦੇਖੋ ਕਿੰਨੀ ਚੜ੍ਹਦੀ ਕਲਾ ਹੈ, ਅਸੀਂ ਚੜ੍ਹਦੀ ਕਲਾ ਛੱਡ ਦਿੱਤੀ। ਸਾਡਾ ਮਾੜਾ ਜਿਹਾ ਕਿਤੇ ਅੱਖ ਵੀ ਫੜਕਣ ਲੱਗ ਪਏ ਨਾ ਤੇ ਸਿੱਖ ਦਾ ਰੰਗ ਪੀਲਾ ਪੈ ਜਾਂਦਾ ਹੈ। ਬੱਚੇ ਨੂੰ ਬੁਖਾਰ ਹੋ ਗਿਆ, ਰੰਗ ਪੀਲਾ ਪੈ ਗਿਆ, ਕਿਸੇ ਨਾ ਕਿਸੇ ਦੀ ਖੋਜ ਵਿੱਚ ਲੱਗ ਪਏ, ਕਾਰੋਬਾਰ 'ਚ ਮਾੜਾ ਜਿਹਾ ਘਾਟਾ ਪੈ ਗਿਆ, ਕੁਝ ਵੀ ਹੋ ਗਿਆ, ਇੰਨਾ ਰੰਗ ਪੀਲਾ ਪੈ ਗਿਆ। ਉਹ ਭਲਿਓ ਕਿਤੇ ਦ੍ਰਿੜ ਕਰਕੇ ਜਾਇਓ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਤੇ ਸਾਹਿਬ ਕਹਿ ਲੱਗੇ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਸਰੀਰ ਦਾ ਮਰਨਾ ਮਰਨਾ ਨਹੀਂ, ਜ਼ਮੀਰ ਦਾ ਮਰਨਾ ਮੌਤ ਹੈ ਅਸਲ ਵਿੱਚ। ਸਾਹਿਬ ਕਹਿ ਲੱਗੇ ਜਦੋਂ ਸੱਚੇ ਤੇ ਭਰੋਸਾ ਰੱਖੇਗਾ ਨਾ, ਜ਼ਮੀਰ ਜਿਉਂਦੀ ਰੱਖੇਗਾ, ਤੇਰਾ ਸਰੀਰ ਮਰ ਵੀ ਜਾਏਗਾ ਤੇ ਸੰਸਾਰ ਤੇਰੇ ਪਿੱਛੇ ਤੁਰਨ ਲਈ ਤਿਆਰ ਹੋਵੇਗਾ। ਅੱਜ ਬੈਠੇ ਹਾਂ ਤੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀ ਸ਼ਹਾਦਤ ਹੈ। ਸਾਹਿਬ ਨੇ ਜਦੋਂ ਸ਼ਾਮ ਦਾ ਵੇਲਾ ਹੋਇਆ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਇੱਕ ਬੜੇ ਕਮਾਲ ਦੀ ਗੱਲ ਹੈ ਕਿ ਸਾਰਾ ਕੁਝ ਬਾਹਰ ਪੁੱਤਰਾਂ ਦੀਆਂ ਲਾਸ਼ਾਂ ਨੇ, ਜਾਨੂੰ ਪਿਆਰੇ ਸਿੱਖ ਨੇ, ਸਾਰਾ ਦਿਨ ਲੜਾਈ ਹੁੰਦੀ ਰਹੀ, 10,40,000 ਨੂੰ ਨਹੀਂ ਮੁਕਾ ਸਕਿਆ। ਸੰਸਾਰ ਦੀ ਜੰਗ ਹੈ, ਸਿੱਖਾਂ ਦੀ ਮਾਣ ਯੋਗ ਹੈ, ਸਾਰਾਗੜੀ ਦੀ ਜੰਗ ਤੇ ਚਮਕੌਰ ਦੀ ਜੰਗ। ਤੇ ਜੇ ਮੈਂ ਬਾਅਦ 'ਚ ਕਹਾਂ ਜਿਹਨੂੰ ਆਪਰੇਸ਼ਨ ਬਲਿਊ ਸਟਾਰ ਸਰਕਾਰ ਕਹਿੰਦੀ ਹੈ, 1984 ਦਾ ਘੱਲੂਘਾਰਾ, ਇਹ ਵੀ ਸਿੱਖਾਂ ਵਾਸਤੇ ਠੀਕ ਹੈ, ਸਾਡਾ ਸਥਾਨ ਸਾਡਾ ਅਕਾਲ ਤਖ਼ਤ ਸਾਹਿਬ 'ਤੇ ਆ, ਪਰ ਸਾਨੂੰ ਇਹਦਾ ਪਤਾ ਲੱਗ ਗਿਆ ਕਿ ਸਿੱਖਾਂ ਦੇ ਅੰਦਰ ਕਿੰਨਾ ਬਾਹੂਬਲ ਹੈ। ਅਸੀਂ ਚੇਤੇ ਭੁਲਾਈ ਬੈਠੇ ਹਾਂ। ਸ਼ਾਮ ਦਾ ਵੇਲਾ ਹੋਇਆ, ਸਿੱਖਾਂ ਦੇ ਮਨ ਵਿੱਚ ਬੈਰਾਗ ਸੀ, ਕਿਉਂਕਿ ਅਕਸਰ ਤੇ ਗੁਰੂ ਦੇ ਪੁੱਤਰ ਨੇ ਜਿਹੜੇ ਉਹਨਾਂ ਦੀ ਗੋਦ ਵਿੱਚ ਖੇਡੇ ਨੇ, ਤੇ ਬੈਰਾਗ ਸੀ। ਤੇ ਮਹਾਰਾਜ ਕਹਿਣ ਲੱਗੇ ਸਿੱਖੋ ਬੈਠੋ, ਰਹਿਰਾਸ ਸਾਹਿਬ ਦਾ ਪਾਠ ਕਰੀਏ। ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਨੇ ਤੇ ਗੁਰਦੇਵ ਦੇ ਚਿਹਰੇ ਤੇ ਲਾਲੀ। ਮਹਾਰਾਜ ਕਹਿਣ ਲੱਗੇ ਸਿੱਖੋ ਪੜ੍ਹੋ ਮੇਰੇ ਨਾਲ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਸਤਿਗੁਰੂ ਨੂੰ ਪਾਲਾਂਗੇ ਨਾ, ਉਦੋਂ ਕੁਝ ਵੀ ਸੰਸਾਰ 'ਚ ਹੁੰਦਾ ਹੋਵੇ ਸਾਡੇ ਆਨੰਦ ਨੂੰ ਕੋਈ ਨਹੀਂ ਖੋ ਸਕਦਾ। ਐਵੇਂ 350-300 ਪਾਉਂਡ ਖਰਚ ਕੇ ਯੋਗਾ ਵਾਲਿਆਂ ਕੋਲੋਂ ਆਨੰਦ ਲੈਣ ਜਾਂਦੇ ਹਾਂ, ਮੇਰੇ ਇੱਕ ਇੰਡੀਆ ਮਿੱਤਰ ਨੇ ਬਜ਼ੁਰਗ ਤੇ 50,000 ਰੁਪਇਆ ਖਰਚ ਕੇ ਤੇ ਕੋਰਸ ਲਾ ਕੇ ਆ 2 ਹਫ਼ਤੇ ਦਾ, ਕਹਿੰਦਾ ਮੈਂ ਆਨੰਦ ਸਿੱਖ ਕੇ ਆਇਆ, ਆਨੰਦ ਕਿਵੇਂ ਲਈਦਾ, 50,000 ਰੁਪਇਆ ਖਰਚ ਕੇ। ਤੇ 3 ਕੁ ਦਿਨਾਂ ਪਿੱਛੋਂ ਬੜਾ ਭੈੜਾ ਜਿਹਾ ਮੂੰਹ ਬਣਾਇਆ, ਔਖੇ ਜਿਹੇ ਹੋਏ, ਬੜੇ ਗੁੱਸੇ ਵਿੱਚ। ਮੈਂ ਕਿਹਾ ਕੀ ਹੋਇਆ? ਕਹਿੰਦੇ ਨਹੁੰ ਨੇ ਗਾਲਾਂ ਕੱਢੀਆਂ, ਮੈਂ ਵੱਢ ਦੇਣਾ ਟੱਬਰ ਸਾਰਾ। ਮੈਂ ਕਿਹਾ ਤੁਸੀਂ ਆਨੰਦ ਨਹੀਂ ਲੈ ਕੇ ਆਏ, ਆਪਣਾ ਰਿਮੋਟ ਕਿਸੇ ਦੇ ਹੱਥ ਵਿੱਚ ਦੇਣਾ ਸਿੱਖ ਕੇ ਆਏ ਹੋ, ਕਦੇ ਆਨੰਦ ਵਿੱਚ ਰਹਿਣਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚੇਤੇ ਕਰਕੇ, ਜਿਵੇਂ ਸਤਿਗੁਰੂ ਕਹਿੰਦੇ ਨੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਬਾਣੀ ਨੂੰ ਪਾ ਲਿਆ, ਗੁਰਬਾਣੀ ਦੇ ਨਾਲ ਜੁੜ ਗਏ। ਇਹ ਗੱਲ ਚੇਤੇ ਰੱਖਿਓ, ਜਦੋਂ ਵੀ ਜ਼ਿੰਦਗੀ 'ਚ ਮੁਸ਼ਕਿਲ ਦੀ ਘੜੀ ਆਵੇ, ਆਪਣੀ ਸੁਰਤ ਨੂੰ ਸਤਿਗੁਰੂ ਦੇ ਸ਼ਬਦ ਨਾਲ ਜੋੜ ਲਿਓ, ਉਸ ਮੁਸ਼ਕਿਲ ਵਿੱਚੋਂ ਬਾਹਰ ਹੋਏ ਹੋਵੋਗੇ, ਚੜ੍ਹਦੀ ਕਲਾ ਨਾਲ ਮੁਕਾਬਲਾ ਕਰੋਗੇ, ਡਰੋਗੇ ਨਹੀਂ। ਸਤਿਗੁਰੂ ਨੇ ਸਿਖਾ ਦਿੱਤਾ, ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੀ ਚੋਦੜੀ ਹੈ, ਸਾਡੀ ਬੇਨਤੀ ਹੈ ਵੀ ਚਮਕੌਰ ਦੀ ਗੜੀ ਛੱਡ ਜਾਓ। ਮਹਾਰਾਜ ਕਹਿੰਦੇ ਨਹੀਂ, ਬਾਰ ਬਾਰ ਬੇਨਤੀਆਂ ਕਰਦੇ, ਹੁਕਮ ਨਹੀਂ ਸਿੱਖ ਕਰ ਸਕਦਾ, ਬਾਰ ਬਾਰ ਬੇਨਤੀਆਂ ਕਰਦੇ ਨੇ, ਮਹਾਰਾਜ ਤੇਰੇ ਪੁੱਤਰ ਹਾਂ, ਤੂੰ ਸਾਨੂੰ ਪੁੱਤਰ ਕਹਿੰਦਾ, ਤੇ ਪੁੱਤਰਾਂ ਦੇ ਤੇ ਕਹਿਣੇ ਵਿੱਚ ਪਿਓ ਜ਼ਰੂਰ ਹੁੰਦਾ, ਸਾਡੀ ਬੇਨਤੀ ਮੰਨ ਕੇ ਚਮਕੌਰ ਦੀ ਗੜੀ ਛੱਡ ਜਾਓ। ਮਹਾਰਾਜ ਕਹਿਣ ਲੱਗੇ ਫਿਰ ਭਾਈ ਦਇਆ ਸਿੰਘ ਜੀ ਤੁਸੀਂ, ਭਾਈ ਮਾਨ ਸਿੰਘ ਜੀ ਤੁਸੀਂ ਮੇਰੇ ਨਾਲ ਚੱਲੋਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਸੰਗਤ ਸਿੰਘ ਦੇ ਸੀਸ ਉੱਪਰ ਆਪਣੀ ਦਸਤਾਰ ਤੇ ਕਲਗੀ ਸਜਾ ਦਿੱਤੀ, ਕਿਉਂਕਿ ਸਾਹਿਬ ਦਾ ਸਰੂਪ ਮਿਲਦਾ ਸੀ। ਰਾਤ ਹੈ ਤੇ ਸਤਿਗੁਰੂ ਕਹਿਣ ਲੱਗੇ ਇਸ ਤਰ੍ਹਾਂ ਨਹੀਂ, ਤੁਸੀਂ ਕਿਤੇ ਬੰਬਈ ਦੇ ਲਾਗੇ ਜਾ ਕੇ ਰਣ ਛੋੜ ਮੰਦਰ ਹੈ, ਕ੍ਰਿਸ਼ਨ ਜੀ ਮੈਦਾਨੇ ਜੰਗ ਵਿੱਚੋਂ ਛੱਡ ਕੇ ਦੌੜ ਗਏ, ਮੈਦਾਨੇ ਜੰਗ ਵਿੱਚ ਲੜਾਈ ਹਾਰਦੇ ਵੇਖ ਕੇ ਦੌੜ ਗਏ, ਉੱਥੇ ਨਾ ਪੈ ਗਿਆ ਰਣ ਛੋੜ, ਉਹਦੀ ਪੂਜਾ ਹੋਈ ਜਾ ਰਹੀ ਹੈ। ਚਮਕੌਰ ਨੂੰ ਚੇਤੇ ਭੁਲਾ ਦਿੱਤਾ, ਸਿੱਖਾਂ ਨੇ ਕਿਸੇ ਤੇ ਦੋਸ਼ ਨਾ ਦੇਈ, ਅਸੀਂ ਨਹੀਂ ਚੇਤੇ ਰੱਖਿਆ ਆਪਣੇ ਇਤਿਹਾਸ ਨੂੰ, ਦੁਸ਼ਮਣ ਕਿਉਂ ਕਰੇ ਜੀ ਚੇਤੇ, ਅਸੀਂ ਬਾਣੀ ਭੁਲਾ ਦਿੱਤੀ, ਅਸੀਂ ਬਾਣਾ ਭੁਲਾ ਦਿੱਤਾ, ਇਹ ਤੇ ਖੋਪਰੀਆਂ ਲਵਾ ਕੇ ਸਿੱਖੀ ਨੂੰ ਚੇਤੇ ਰੱਖਦੇ ਨੇ, ਅਸੀਂ ਤੇ ਕੇਸ ਲਵਾ ਕੇ ਸਿੱਖੀ ਭੁਲਾ ਦਿੱਤੀ ਹੈ। ਸਾਹਿਬ ਸਤਿਗੁਰੂ ਮਹਾਰਾਜ ਦੇ ਜਦੋਂ ਇਹ ਕਲਗੀ ਸਜਾਈ ਤੇ ਸਾਹਿਬ ਕਹਿਣ ਲੱਗੇ ਇਸ ਤਰ੍ਹਾਂ ਨਹੀਂ, ਉਸੇ ਉੱਚੀ ਮਮਟੀ ਤੇ ਚੜ੍ਹ ਕੇ ਨਗਾਰਾ ਵਜਾਇਆ, ਤਾੜੀ ਮਾਰੀ ਤੇ ਫਾਰਸੀ ਵਿੱਚ ਕਿਹਾ, ਪੀਰੇ ਹਿੰਦ ਮਾਰਵਿੰਦ, ਪੀਰੇ ਹਿੰਦ ਮਾਰਵਿੰਦ, ਕਿ ਹਿੰਦ ਦਾ ਪੀਰ ਜਾ ਰਿਹਾ, ਜੇ ਕਿਸੇ ਵਿੱਚ ਹਿੰਮਤ ਹੈ ਤੇ ਰੋ ਕੇ ਦਿਖਾਓ। ਇੰਨੀ ਗੱਲ ਹੁੰਦਿਆਂ ਸਾਰ ਦੁਸ਼ਮਣ ਵਿੱਚ ਤਰਥੱਲੀ ਮਚ ਗਈ, ਮਸ਼ਾਲ ਚੀ ਮਸ਼ਾਲ ਲੈ ਕੇ ਦੌੜੇ ਗੁਰਕਲਗੀ ਤਰਪਿਤਾ ਦੀ ਯੁੱਧ ਨੀਤੀ ਦੇਖੋ, ਮਾਰਨਾ ਕਿਸ ਨੂੰ ਹੈ। ਮੈਨੂੰ ਬੜੇ ਕਮਾਲ ਦੀ ਗੱਲ ਲੱਗਦੀ ਹੈ, ਅੱਜ ਆਪੋ ਚੋ ਦੀ ਲੜੋ ਮਰੋ ਨਾ, ਬੜੀ ਸੋਹਣੀ। ਕਿਸੇ ਨੂੰ ਪੁੱਛਿਆ ਸੀ ਕਿ ਮਨਮੁੱਖ ਤੇ ਗੁਰਮੁਖ ਦਾ ਕੀ ਫਰਕ, ਕਹਿਣ ਲੱਗੇ ਜੋ ਕੁੱਤੇ ਤੇ ਸ਼ੇਰ ਦਾ ਫਰਕ ਹੈ। ਕੀ ਜੀ? ਕਹਿਣ ਲੱਗੇ ਜਿਹੜਾ ਮਨਮੁੱਖ ਹੈ ਨਾ, ਉਹਦੀ
ਬਿਰਤੀ ਕੁੱਤੇ ਵਰਗੀ ਹੈ। ਕੁੱਤੇ ਨੂੰ ਤੁਸੀਂ ਸੋਟਾ ਮਾਰੋ ਤੇ ਉਹ ਸੋਟੇ ਨੂੰ ਮੂੰਹ ਚ ਪਾਉਂਦਾ, ਸੋਟੇ ਨੂੰ ਦੰਦੀਆਂ ਵੱਢਦਾ। ਤੇ ਜਿਹੜਾ ਸ਼ੇਰ ਹੈ ਨਾ, ਬੰਦੂਕ ਦੀ ਗੋਲੀ ਚੱਲਦੀ ਉਹ ਪਰਵਾਹ ਨਹੀਂ ਕਰਦਾ, ਬੰਦੂਕ ਚਲਾਉਣ ਵਾਲੇ ਨੂੰ ਫੜਦਾ। ਅੱਜ ਆਪੋ ਚ ਉਹਦੀ ਲੜਨਾ ਛੱਡੋ, ਜਿਹੜਾ ਸਾਨੂੰ ਲੜਾ ਰਿਹਾ ਉਸ ਦੁਸ਼ਮਣ ਨਾਲ ਲੜੋ ਤੇ ਸਾਡੀ ਫਤਿਹ ਜ਼ਰੂਰ ਹੋਵੇਗੀ। ਇਹ ਬਹੁਤ ਜ਼ਰੂਰੀ ਨੀਤੀ ਦਾ ਅੰਗ ਹੈ। ਸਤਿਗੁਰੂ ਮਹਾਰਾਜ ਨੇ ਆਪਣਾ ਤੀਰ ਕੱਸਿਆ ਤੇ ਜਿਹੜਾ ਸਭ ਤੋਂ ਅੱਗੇ ਦੁਸ਼ਮਣ ਮਿਸ਼ਾਲ ਲੈ ਕੇ ਆ ਰਿਹਾ ਸੀ ਉਹਨੂੰ ਰੋਸ਼ਨੀ ਦਿਖਾਉਂਦਾ ਹੋਇਆ, ਮਹਾਰਾਜ ਨੇ ਤੀਰ ਕੱਢ ਕੇ ਆਪਣੇ ਭੱਥੇ ਵਿੱਚੋਂ ਛੱਡਿਆ। ਮਿਸ਼ਾਲ ਚ ਡਿੱਗ ਪਿਆ ਜ਼ਮੀਨ ਤੇ, ਮਿਸ਼ਾਲ ਡਿੱਗ ਪਈ, ਹਨੇਰਾ ਹੋ ਗਿਆ ਤੇ ਦੁਸ਼ਮਣ ਆਪੋ ਚ ਉਹਦੀ ਲੜ ਮਰਿਆ, ਆਪੋ ਚ ਉਹਦੀ ਕੱਠ ਮਰਿਆ। ਸਾਹਿਬ ਸਤਿਗੁਰੂ ਮਹਾਰਾਜ ਜੀ ਨੇ ਇਹ ਚਮਕੌਰ ਦੀ ਗੜੀ ਛੱਡੀ। ਉੱਥੋਂ ਦਾ ਇਤਿਹਾਸਕ ਨਜ਼ਾਰਾ ਇੱਕ ਫਿਲਾਸਫਰ ਨੇ ਲਿਖਿਆ, ਕਹਿਣ ਲੱਗਾ ਜਦੋਂ ਤੁਰ ਰਹੇ ਨੇ ਨਾ ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਸਤਿਗੁਰੂ ਇੰਨੇ ਕਠੋਰ ਨਾ ਬਣੋ, ਤੁਹਾਡੇ ਤੀਰਾਂ ਨੂੰ ਸੋਨਾ ਲੱਗਾ ਹੁੰਦਾ ਕਿ ਦੁਸ਼ਮਣ ਨੂੰ ਵੱਜ ਜਾਏ, ਮਰ ਜਾਏ ਤੇ ਉਹ ਸੋਨੇ ਦੇ ਨਾਲ ਉਹਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ, ਉਹਦੀ ਮਰਮ ਪੱਟੀ ਹੋ ਸਕੇ। ਜੇ ਨਹੀਂ ਕੁਝ ਤੇ ਉਹਦੇ ਅੰਤਮ ਸੰਸਕਾਰ ਦਾ ਸਮਾਨ ਇਸ ਸੋਨੇ ਦੇ ਨਾਲ ਲਿਆ ਜਾ ਸਕੇ। ਇਹਨੇ ਤੁਸੀਂ ਪਰਉਪਕਾਰੀ ਹੋ, ਪਰ ਤੁਸੀਂ ਲੰਘ ਕਿਵੇਂ ਗਏ ਹੋ? ਤੁਹਾਡੇ ਅਜੀਤ ਸਿੰਘ ਦੀ ਲਾਸ਼ ਪਈ ਹੋਈ ਹੈ, ਤੁਹਾਡੇ ਜੁਝਾਰ ਸਿੰਘ ਦਾ ਸਰੀਰ ਪਿਆ ਹੋਇਆ ਹੈ, ਮਰਜ ਕਿਵੇਂ ਲੰਘੇ ਤੁਸੀਂ? ਮੈਨੂੰ ਆਗਿਆ ਬਖਸ਼ੋ, ਮੈਂ ਆਪਣੇ ਕਮਰ ਕਸੇ ਦਾ ਕੱਪੜਾ ਲਾ ਕੇ ਇਹਨਾਂ ਤੇ ਦੇ ਦਿਆਂ। ਤੇ ਸਾਹਿਬ ਨੇ ਇਸ਼ਾਰਾ ਕੀਤਾ ਸੀ, ਕਹਿਣ ਲੱਗੇ ਨਹੀਂ, ਇਹ ਨਹੀਂ, ਅੱਜ ਜਿੰਨੇ ਇਸ ਚਮਕੌਰ ਵਿੱਚ ਸ਼ਹੀਦ ਹੋਏ ਨੇ ਮੇਰੇ ਪੁੱਤਰ ਨੇ, ਇੱਕ ਪੁੱਤਰ ਦੀ ਲਾਸ਼ ਤੇ ਕਫਨ ਨਾ ਦੇਈ, ਜੇ ਦੇਣੀ ਤੇ ਦਇਆ ਸਿੰਘ ਸਾਰਿਆਂ ਦੇ ਉੱਪਰ ਦੇਈ, ਨਹੀਂ ਤੇ ਤੁਰਿਆ, ਕਿਉਂਕਿ ਅੱਜ ਜਿਹੜੇ ਸ਼ਹੀਦ ਹੋਏ ਨੇ ਇਹਨਾਂ ਦੀ ਪਤ ਅਕਾਲ ਪੁਰਖ ਵਾਹਿਗੁਰੂ ਰੱਖਣ ਵਾਲਾ ਹੈ, ਉਹ ਇੱਜ਼ਤ ਦਾ ਕੱਪੜਾ ਦੇਣ ਵਾਲਾ ਹੈ। ਰਾਤ ਜ਼ਾਲਮ ਨੇ ਪਹਿਰਾ ਦਿੱਤਾ, ਸਵੇਰ ਹੋਈ ਤੇ ਗੁਰੂ ਕੇ ਸ਼ਹੀਦਾਂ ਦੀ ਬੇਦਬੀ ਕਰਨ ਵਾਸਤੇ, ਕਿਤੇ 84 ਦਾ ਘੱਲੂਘਾਰਾ ਤੁਹਾਨੂੰ ਦਿਖਾਵਾਂਗੇ ਕਿਵੇਂ ਸਿੱਖਾਂ ਦੀਆਂ ਲਾਸ਼ਾਂ ਰੋਲੀਆਂ, ਬੇਦਬੀ ਕਰਨ ਵਾਸਤੇ ਕਿ ਇਹਨਾਂ ਗੁਰੂ ਕੇ ਪੁੱਤਰਾਂ ਦੀਆਂ, ਗੁਰੂ ਕੇ ਸਿੱਖਾਂ ਦੀਆਂ ਲਾਸ਼ਾਂ ਕਾਵਾਂ ਕੁੱਤੇ ਖਾਣਗੇ। ਸਵੇਰੇ ਰਾਖੀ ਕੀਤੀ ਤੇ ਸ਼ਾਮ ਨੂੰ, ਇਤਿਹਾਸ ਵਿੱਚ ਨਾਮ ਆਉਂਦਾ ਹਰਸ਼ਰਨ ਕੌਰ, ਲਾਗੇ ਪਿੰਡ ਵਿੱਚ ਰਹਿੰਦੀ ਸੀ, ਇਹ ਸ਼ਾਮ ਨੂੰ ਆ ਗਈ ਤੇ ਗੁਰੂ ਕੀ ਬਾਣੀ ਦਾ ਜਪ ਕਰਦੀ ਹੋਈ ਗੁਰੂ ਕੇ ਸਿੱਖਾਂ ਦੀਆਂ ਲਾਸ਼ਾਂ ਇਕੱਠੀਆਂ ਕਰਦੀ ਹੈ, ਗੁਰੂ ਕੀ ਬੱਚੀ, ਗੁਰੂ ਕੀ ਸਿੱਖਣੀ। ਤੇ ਜਦੋਂ ਆਈ ਤੇ ਸਾਹਿਬ ਜਦੋਂ ਅਜੀਤ ਸਿੰਘ ਤੇ ਜੁਝਾਰ ਸਿੰਘ ਦੀਆਂ ਲਾਸ਼ਾਂ ਵੇਖੇ ਤੇ ਬਹਿ ਕੇ ਕਹਿਣ ਲੱਗੇ, ਬਾਪੂ ਕਲਗੀਆਂ ਵਾਲਿਆ, ਲਾਸ਼ ਤੇ ਇੱਕ ਪੁੱਤ ਦੀ ਨਹੀਂ ਵੇਖੀ ਜਾਂਦੀ, ਤੂੰ ਦੋਵਾਂ ਦੀ ਲਾਸ਼ ਵੇਖ ਕੇ ਕਿਵੇਂ ਗਿਆ ਹੋਵੇਂਗਾ? ਇਸਨੇ ਸਾਰੇ ਸਰੀਰਾਂ ਨੂੰ ਇਕੱਠਿਆਂ ਕੀਤਾ, ਕਿਉਂਕਿ ਇਹ ਵੀ ਇੱਕ ਜਜ਼ਬਾ ਸੀ ਕਿ ਮੈਂ ਆਪਣੇ ਸਿੱਖਾਂ ਦੀ, ਆਪਣੇ ਵੀਰਾਂ ਦੀ, ਗੁਰੂ ਕੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਰੋਣੇ ਦੇਣੀਆਂ। ਇਸਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਤੇ ਉੱਪਰ ਜੋ ਵੀ ਇਹਦੇ ਕੋਲ ਉਦੋਂ ਪ੍ਰਬੰਧ ਹੋ ਸਕਿਆ ਸਾਰਾ ਇਕੱਠਾ ਕਰਕੇ ਇਸਨੇ ਲਾਂਬੂ ਲਾ ਦਿੱਤਾ। ਦੁਸ਼ਮਣ ਆਇਆ ਤੇ ਜਦੋਂ ਅੱਗ ਬੁਝਾਉਣ ਲੱਗਾ ਤੇ ਸ਼ੇਰਨੀ ਬਣ ਕੇ ਉਹਨਾਂ ਤੇ ਟੁੱਟ ਕੇ ਪੈ ਗਈ, ਤਿੰਨਾਂ ਨੂੰ ਮਾਰ ਦਿੱਤਾ ਤੇ ਆਪ ਬੈਠ ਕੇ ਸੋਇਲੇ ਦਾ ਪਾਠ ਪਈ ਕਰਦੀ ਹੈ, ਪਾਠ ਕਰਦੀ ਹੈ ਤੇ ਹੋਰ ਸਿਪਾਹੀ ਆ ਗਏ, ਉਹ ਇਹਨੂੰ ਹਿਲਾਉਂਦੇ ਨੇ, ਕੀ ਕਰਦੀ ਹੈ, ਕੌਣ ਹੈ, ਕਿੱਥੋਂ ਆਈ ਹੈ? ਕੁਝ ਨਹੀਂ ਬੋਲਦੀ, ਬੜੇ ਪ੍ਰੇਮ ਨਾਲ ਪਾਠ ਕਰਦੀ ਹੈ ਤੇ ਜ਼ਾਲਮਾਂ ਨੇ ਚੁੱਕ ਕੇ ਇਸ ਹਰਸ਼ਰਨ ਕੌਰ ਨੂੰ ਵੀ ਬਲਦੀ ਹੋਈ ਚਿਖਾ ਦੇ ਵਿੱਚ ਸੁੱਟ ਦਿੱਤਾ। ਗੁਰੂ ਕੇ ਸਿੱਖਾਂ ਦੇ ਨਾਲ ਇਸ ਔਰਤ ਨੂੰ ਵੀ, ਗੁਰੂ ਕੀ ਸਿੰਘਣੀ ਨੂੰ, ਗੁਰੂ ਕੀ ਬੱਚੀ ਨੂੰ ਯਾਦ ਕਰਨਾ ਪਵੇਗਾ ਜੇ ਉਹ ਬੱਚੀਆਂ ਕੁਰਬਾਨੀ ਕਰ ਸਕਦੀਆਂ ਤੇ ਅੱਜ ਅਸੀਂ ਕਿਉਂ ਭੁਲਾ ਦਿੱਤੀ। ਮੈਂ ਬੇਨਤੀ ਕਰਾਂ, ਜਿਹੜਾ ਗੁਰੂ ਨਾਨਕ ਸਾਹਿਬ ਬਚਨ ਕਹਿੰਦੇ ਨੇ, ਧਨ ਜੋਬਣ ਦੋਏ ਵੈਰੀ ਹੋਏ, ਜਿੰਨੀ ਰੱਤੇ ਰੰਗ ਲਾਏ, ਅੱਜ ਫੈਸ਼ਨ ਪ੍ਰਸਤੀ, ਅੱਜ ਵੱਧ ਤੋਂ ਵੱਧ ਖਿਮਾ ਕਰਨਾ ਮੇਕਅਪ ਦੇ ਉੱਪਰ, ਦੂਜੀਆਂ ਤੀਜੀਆਂ ਚੀਜ਼ਾਂ ਦੇ ਉੱਪਰ ਅਸੀਂ ਖਰਚਾ ਕਰ ਰਹੇ ਹਾਂ, ਪਰ ਜੇ ਗੁਰੂ ਕੀ ਕਿਰਪਾਨ ਸਾਡੇ ਕੋਲ ਨਾ ਹੋਵੇਗੀ ਤੇ ਲੋੜ ਪੈਣ ਤੇ ਸਾਡੀ ਇੱਜ਼ਤ ਦੀ ਰਾਖੀ ਨਹੀਂ ਜੀ ਹੋਣੀ। ਇਹ ਗੁਰੂ ਦੀ ਬਖਸ਼ੀ ਹੋਈ ਕਿਰਪਾਨ, ਗੁਰੂ ਕੀ ਬਖਸ਼ੀ ਹੋਈ ਬਾਣੀ ਤੇ ਆਪਣੇ ਬੱਚਿਆਂ ਨੂੰ ਵਿਰਸਾ ਜ਼ਰੂਰ ਦਿੰਦੇ ਚੱਲਿਓ। ਉਹ ਜਿਨ੍ਹਾਂ ਨੂੰ ਕਦੇ ਉਹ ਮੁਗਲ ਚੁੱਕ ਕੇ ਲੈ ਜਾਂਦੇ ਸਨ, ਟਕੇ ਟਕੇ ਵਿੱਚ ਵੇਚਦੇ ਸਨ, ਉਹ ਤੇ ਅੱਜ ਸ਼ਸਤਰਾਂ ਦਾ ਅਭਿਆਸ ਕਰਦੀਆਂ ਪਈਆਂ ਨੇ ਦੁਰਗਾ ਬਾਣੀ ਦੇ ਰੂਪ ਵਿੱਚ, ਤੇ ਜਿਹੜੀਆਂ ਮਾਈ ਭਾਗ ਕੌਰ ਦੀਆਂ ਵਾਰਸਾਂ ਨੇ ਉਹ ਫੈਸ਼ਨ ਦੇ ਵਿੱਚ ਖਤਮ ਹੋ ਚੱਲੀਆਂ ਨੇ। ਅੱਜ ਆਓ, ਉੱਠੋ, ਹਰਸ਼ਰਨ ਕੌਰ ਤੇ ਮਾਈ ਭਾਗ ਕੌਰ ਨੂੰ ਆਪਣੇ ਆਈਡੀਅਲ ਬਣਾ ਕੇ ਜੀਵਨ ਬਤੀਤ ਕਰੋ ਤੇ ਜੀਵਨ ਉਹਨਾਂ ਗੁਰਸਿੱਖਾਂ ਵਰਗਾ ਹੋਵੇਗਾ। ਇਹ ਉਹ ਜਗ੍ਹਾ ਹੈ ਚਮਕੌਰ ਸਾਹਿਬ, ਗੜੀ ਚਮਕੌਰ ਦੀ। ਅਸੀਂ ਤੇ ਸ਼ਾਇਦ ਸਿਜਦਾ ਨਹੀਂ ਕੀਤਾ, ਸਾਨੂੰ ਚਮਕੌਰ ਭੁੱਲ ਗਈ ਤੇ ਲਾਗੇ ਦੇ ਡੇਰੇ ਬਹੁਤ ਸਾਰੇ ਚੇਤੇ ਰਹੇ। ਅੱਜ ਅਨੰਦਪੁਰੀ ਨੂੰ ਵੀ ਡੇਰਿਆਂ ਨੇ ਘੇਰਿਆ ਹੋਇਆ ਹੈ, ਸਿੱਖ ਜਾਂਦਾ ਅਨੰਦਪੁਰ ਨੂੰ ਹੈ ਤੇ ਰਾਜ ਕਿਤੇ ਨਾ ਕਿਤੇ ਫਸ ਕੇ ਬਹਿ ਜਾਂਦਾ। ਕਦੇ ਯਾਦ ਕਰੋ, ਅਸੀਂ ਤਾਂ ਉਹਨਾਂ ਮੁੱਲ ਨਹੀਂ ਪਾਇਆ। ਅੱਲਾ ਯਾਰ ਖਾਂ ਜੋਗੀ ਲਿਖਦਾ, ਬਸ ਏਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈ। ਕਹਿਣ ਲੱਗਾ, ਮੇਰੀਆਂ ਨਜ਼ਰਾਂ ਨਾਲ ਦੇਖੋ ਤੇ ਇੱਕੋ ਜਗ੍ਹਾ ਜੇ। ਕਹਿੰਦਾ, ਮੈਂ ਕਿਸੇ ਮੱਕੇ ਮਦੀਨੇ ਨੂੰ ਨਹੀਂ ਮੰਨਦਾ, ਉਹ ਮੁਸਲਮਾਨ ਆ, ਅਸੀਂ ਸਿੱਖ ਆ। ਉਹ ਕਹਿੰਦਾ, ਬਸ ਏਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈ, ਕਟਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲਈ, ਚਮਕ ਕੀ ਮਿਹਰ ਹੈ ਚਮਕੌਰ ਤੇਰੇ ਜ਼ਰੋ ਮੇ। ਇੱਕ ਵਾਰੀ ਸੀ ਝੁਕਾ ਕੇ ਕਿਉਂ ਜੇ ਬੋਲੇ
ਸੋਨਿਹਾਲ ਕਹਿੰਦਾ ਚਮਕੌਰ ਦੀ ਮਿੱਟੀ ਨੂੰ ਮੈਂ ਚੁੱਕ ਕੇ ਸਿਰ ਨਾਲ ਲਾਣਾ ਤੇ ਮੇਰੇ ਮਸਤਕ ਦੇ ਭਾਗ ਜਾਗ ਪੈਂਦੇ ਨੇ ਕਿਉਂਕਿ ਉੱਥੇ ਰੱਬ ਦੇ ਵਾਸਤੇ ਗੁਰੂ ਨੇ ਆਪਣੇ ਪੁੱਤਰ ਸ਼ਹੀਦ ਕਰਵਾਏ ਨੇ। ਉਸ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਗੁਰ ਕਲਗੀਧਰ ਪਿਤਾ ਦੇ ਪੁੱਤਰਾਂ ਦੀਆਂ ਸ਼ਹਾਦਤਾਂ ਨੂੰ ਚੇਤੇ ਕਰਨ ਵਾਲਿਓ ਆਓ ਅੱਜ ਅਰਦਾਸ ਕਰਕੇ ਜਾਇਓ। ਮੈਂ ਆਪਣੇ ਪੁੱਤਰ, ਮੈਂ ਆਪਣੀ ਧੀ ਤੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਬਣਾਵਾਂਗਾ, ਕਿਸੇ ਹੋਰ ਦਾ ਨਹੀਂ। ਬੋਲੇ ਸੋ ਨਿਹਾਲ। ਇੱਕ ਇਸ ਆਸ ਦੇ ਨਾਲ ਕਿ ਸੋਮਵਾਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਅਸੀਂ ਸਲਾਈਡ ਸ਼ੋਅ ਕਰਨਾ, ਤੁਸੀਂ ਇਕੱਲੇ ਨਹੀਂ ਆਓਗੇ, ਘੱਟ ਤੋਂ ਘੱਟ 10-10 ਜਾਣੇ ਲੈ ਕੇ ਆਇਓ, ਆਪਣੇ ਬੱਚਿਆਂ ਨੂੰ ਜ਼ਰੂਰ ਲਿਆਇਓ। ਖਿਮਾ ਜੀ ਫਤਿਹ ਗੱਜ ਕੇ ਬੁਲਾ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।